ਦਿੱਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਦਿੱਲੀ ਦੇ ਜੰਤਰ ਮੰਤਰ ਉੱਤੇ ਬੈਠੀਆਂ ਮਹਿਲਾ ਪਹਿਲਵਾਨ ਤੇ ਉਹਨਾਂ ਦੇ ਨਾਲ ਡਟੇ ਬਜਰੰਗ ਪੂਨੀਆ ਬਿਨਾਂ ਕਿਸੇ ਸ਼ੱਕ ਸ਼ੁਬਾ ਦੇ ਦੁਨੀਆ ਦੇ ਸਭ ਤੋਂ ਸਮਰਥ ਕੁਲਾਟੇ ਹਨ ਲਿਟਰਲੀ ਵਰਲਡਸ ਬੈਸਟ ਫਾਈਟਰਸ ਉਹਨਾਂ ਨੇ ਆਲਮੀ ਪਲੇਟਫਾਰਮ ਉੱਤੇ ਇਹ ਸਾਬਤ ਕੀਤਾ ਹੈ 올림픽 ਮੈਡਲ ਜਿੱਤ ਕੇ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਪਰ ਸਾਡੇ ਹਾਕਮਾਂ ਨੇ ਉਹਨਾਂ ਨੂੰ ਹਰਾਉਣ ਦਾ ਤਹैया ਕੀਤਾ ਹੋਇਆ ਦਿਨ ਬੀਤਦੇ ਜਾ ਰਹੇ ਹਨ ਤਾਕਤਵਰ ਕੁੜੀਆਂ साक्षी ਮਲਿਕ ਅਤੇ ਵਿਨੇਸ਼ ਫੋਗਟ ਧਰਨੇ ਉੱਤੇ ਬੈਠੀਆਂ ਹਨ ਚਿੱਕੜ ਵਿੱਚ ਰਾਤਾਂ ਕੱਟ ਰਹੀਆਂ ਹਨ ਸਾਨੂੰ ਯਾਦ ਕਰਵਾ ਰਹੀਆਂ ਹਨ ਉਸ ਸਮੇਂ ਦੀ ਜਦੋਂ ਅਸੀਂ ਉਹਨਾਂ ਦੀ ਜਿੱਤ ਨੂੰ ਆਪਣੀ ਜਿੱਤ ਸਮਝ ਰਹੇ ਸੀ ਆਪਣੀ ਪਿੱਠ ਤੇ ਥਾਪੜਾ ਮਾਰ ਕੇ ਕਹਿ ਰਹੇ ਸੀ ਕਿ ਸਾਡੀਆਂ ਕੁੜੀਆਂ ਨੇ ਸਾਡਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਅੱਜ ਜੋ ਇਨਸਾਫ ਦੀ ਦੁਹਾਈ ਦੇ ਰਹੀਆਂ ਹਨ ਤਾਂ ਅਸੀਂ ਕਿੱਥੇ ਖੜੇ ਹਾਂ ਹਾਕਮ ਸਰਕਾਰ ਕਾਨੂੰਨ ਪੁਲਿਸ ਇਹ ਸਾਰਾ ਤੰਤਰਮੰਤਰ ਕਿੱਥੇ ਹੈ ਜੰਤਰਮੰਤਰ ਉੱਤੇ ਨਿਆਂ ਦਾ ਇਨਸਾਫ ਦਾ ਜਨਾਜ਼ਾ ਨਿਕਲ ਰਿਹਾ ਹੈ ਪਰ ਜੰਤਰ ਮੰਤਰ ਤੋਂ ਹੀ ਹੌਸਲੇ ਦੀ ਲੜਨ ਦੇ ਮਾਦੇ ਦੀ ਸੂ ਪੈ ਰਹੀ ਹੈ ਖੜੋ ਹੱਕ ਸੱਚ ਮੰਗਦਿਆਂ ਨਾਲ ਜਿਵੇਂ ਬਜਰੰਗ ਪੂਨੀਆ ਖੜਾ ਹੈ ਜਿਵੇਂ ਉਹਦੇ ਨਾਲ ਮਰਜੀਵੜੇ ਵਿਦਿਆਰਥੀ ਕਿਸਾਨ ਨੌਜਵਾਨ ਮੁੰਡੇ ਕੁੜੀਆਂ ਸਾਡੀਆਂ ਪਹਿਲਵਾਨ ਕੁੜੀਆਂ ਲਈ ਖੜੇ ਹਨ ਪਰ ਇਉਂ ਲੜਨਾ ਖੜਨਾ ਕਿੰਨਾ ਔਖਾ ਹੈ ਉਹ ਬ੍ਰਿਜ ਪੂਸ਼ਨ ਸ਼ਰਨ ਸਿੰਘ ਕਿੰਨਾ ਕੁ ਤਕੜਾ ਹੈ ਹਾਕਮ ਕਿੰਨਾ ਕੁ ਟੀਟਾ ਕਾਨੂੰਨ ਕਿੰਨਾ ਕੁ ਅੰਨਾ ਕਿੰਨਾ ਕੁ ਬੇਸ਼ਰਮ ਹੋ ਸਕਦਾ ਹੈ ਇੱਥੇ ਤਾਂ ਸੁਪਰੀਮ ਕੋਰਟ ਹਿੱਲੀ ਤਾਂ ਜਾ ਕੇ ਐਫ ਆਈ ਆਰ ਦਰਜ ਹੋ ਗਈ ਪਰ ਫਿਰ ਉਹ ਵੀ ਫਿਰ ਵੀ ਉਹ ਅੱਧੀ ਰਾਤ ਨੂੰ ਕਿਸੇ ਪਦਮ ਸ਼ਰੀ ਦੀ ਖਿੱਚ ਤੂ ਕਰ ਲੈਂਦੇ ਹਨ ਕਿਸੇ ਆਮ ਮੈਲਾ ਨਾਲ ਉਹਦੇ ਦਫ਼ਤਰ ਵਿੱਚ ਕਿਸੇ ਪਿੰਡ ਵਿੱਚ ਕਿਸੇ ਦਲਿਤ ਬੇਟੀ ਨਾਲ ਜੋ ਹੁੰਦਾ ਹੋਵੇਗਾ ਉਹਦੀ ਆਵਾਜ਼ ਫਿਰ ਕਿਸ ਨੇ ਚੁਕਨੀ ਹੈ ਤੇ ਜੰਤਰ ਮੰਤਰ ਵਾਲ ਵੇਖ ਕੇ ਕੀ ਸਬਕ ਮਿਲਦਾ ਹੈ ਔਰਤਾਂ ਨੂੰ ਅਨਿਆ ਖਿਲਾਫ ਬਾ ਆਵਾਜ਼ੇ ਬੁਲੰਦ ਝੰਡਾ ਚੁੱਕ ਲੈਣਾ ਚਾਹੀਦਾ ਕਿ ਚੁੱਪਚਾਪ ਬਾਣਾ ਮਨ ਹਰ ਵਦੀ ਕੀ ਜਰ ਲੈਣੀ ਚਾਹੀਦੀ ਹੈ ਭਈ ਜੇ ਐਡੀਆਂ ਤਕੜੀਆਂ ਦੀ ਕੋਈ ਨਹੀਂ ਸੁਣ ਰਿਆ ਤੇ ਫਿਰ ਹਮਾਤੜ ਧੀ ਦੀ ਕਿਸ ਨੇ ਸੁਣਣੀ ਹੈ ਐਸੇ ਬ੍ਰਿਜ ਪੂਸ਼ਨ ਸਿੰਘ ਤਾਂ ਗਲੀ ਗਲੀ ਪਏ ਹਨ ਜਿਨ੍ਹਾਂ ਬਾਰੇ ਵਾਰਿਸ ਸ਼ਾਹ ਨੇ ਆਖਿਆ ਸੀ ਕਿ ਦਾੜੀ શેਖਾਂ ਦੀ ਛੁਰਾ ਕਸਾਈਆਂ ਦਾ ਬਹਿ ਪਰੇ ਵਿੱਚ ਪੈਂਚ ਸਦਾਮਦੇ ਹਨ ਤੇ ਇਹਨਾਂ ਪੈਂਚਾਂ ਨਾਲ ਹੁਣ ਸਾਡੀਆਂ ਇਹ ਮਹਿਲਾ ਪਹਿਲਵਾਨ ਕਿਵੇਂ ਡਟਨ ਕਿਵੇਂ ਸੱਜਣ ਕਿਵੇਂ ਨ ਜਠਣ ਇਸ ਸਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਬਹੁਤ ਹੀ ਸੀਨੀਅਰ ਸਪੋਰਟਸ ਪੱਤਰਕਾਰ ਸੌਰਵ ਦੁੱਗਲ ਜੀ ਸੌਰਵ ਦੁੱਗਲ ਹਰਾਨੇ ਨਾ ਕੇਵਲ ਕੁਸ਼ਤੀ ਨੂੰ ਬਾਰੇ ਹੋਰ ਨਾ ਖੇਡਾਂ ਨੂੰ ਵੀ ਸਾਲਾਂ ਤੋਂ ਕਵਰ ਕੀਤਾ ਤੇ ਉਸ ਦੰਗਲ ਫਿਲਮ ਦੇ ਵਿੱਚ ਜਿਸ ਮਹਾਵੀਰ ਸਿੰਘ ਫੋਗਟ ਬਾਰੇ ਤੁਸੀਂ ਬਹੁਤ ਜਾਣਿਆ ਹੈ ਵੇਖਿਆ ਹੈ ਉਹਨਾਂ ਦੇ ਬਾਰੇ ਅਥੋਰਾਈਜ਼ਡ ਬਾਇਓਗ੍ਰਾਫੀ ਉਹਨਾਂ ਦੀ ਅਧਿਕਾਰਤ ਜੀਵਨੀ ਦੇ ਇਹ ਲੇਖਕ ਹਨ ਅਖਾੜਾ ਨਾਮ ਦੀ ਕਿਤਾਬ ਇਹਨਾਂ ਦੇ ਨਾਮ ਹੈ ਜਿਹੜੀ ਮਹਾਵੀਰ ਫੋਗੜ ਦੀ ਜੀਵਨੀ ਹੈ ਫੋਗੜ ਪਰਿਵਾਰ ਨੂੰ ਇਹ ਸਾਲਾਂ ਤੋਂ ਪੜਦੇ ਆ ਰਹੇ ਹਨ ਜਾਣਦੇ ਰਹੇ ਨੇ ਸਾਡੇ ਨਾਲ ਜੁੜ ਰਹੇ ਹਨ ਸਰਬਜੀਤ ਕੌਰ ਜੀ ਸਰਬਜੀਤ ਕੌਰ ਜੀ ਪੰਜਾਬੀ ਯੂਨੀਵਰਸਿਟੀ ਦੇ ਨਾਲ ਵਬਸਤਾ ਹਨ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਦੇ ਨਾਲ ਸਾਡੇ ਸਮਾਜ ਦੀ ਵਬਸਤਗੀ ਉਹਨਾਂ ਕਾਨੂੰਨੀ ਦਾਪੇਚਾਂ ਵਿੱਚੋਂ ਲੰਗੀ ਹੈ ਇੱਕ ਲੰਬੀਆਂ ਮੁਹਮਮਾ ਦੇ ਵਿੱਚੋਂ ਵਿਮਨਜ਼ ਮੂਵਮੈਂਟ ਦੇ ਵਿੱਚੋਂ ਲੰਗੀ ਹੈ ਤੇ ਕਿਨਾਂ ਪੀੜ੍ਹੀਆਂ ਗਲੀਆਂ ਵਿੱਚ ਅਜੇ ਵੀ ਅੜੀ ਖੜੀ ਹੈ ਜਿੱਥੇ ਸਾਡੀਆਂ ਕੇਵਲ ਨਾ ਕੇਵਲੇ ਕਿ ਕੋਈ ਪੁਰਾਣੀਆਂ ਜਨਰੇਸ਼ਨਸ ਦੇ ਖਿਆਲਤ ਉਸ ਤਰ੍ਹਾਂ ਦੇ ਨੇ ਸਾਡੀਆਂ ਨਵੀਆਂ ਜਨਰੇਸ਼ਨ ਵੀ ਇਹੋ ਜਿਹੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਪੈਟਰੀਆਰਕੀ ਦੇ ਉਸੇ ਕਿਸਮ ਦੇ ਮਰਦ ਪ੍ਰਧਾਨ ਸਮਾਜ ਦੇ ਏਜੰਟ ਬਣੀਆਂ ਫਿਰਦੀਆਂ ਨੇ ਇਸ ਵਰਤਾਰੇ ਨੂੰ ਬਹੁਤ ਨੇੜਿਓਂ ਪੜਦੇ ਹਨ ਸਾਡੇ ਨਾਲ ਜੁੜ ਰਹੇ ਹਨ ਵਕੀਲ ਸੋਮਿਆ ਜੀ ਸੋਮਿਆ ਵਕੀਲ ਹਨ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਕਟ ਦੇ ਨਾਲ ਰਿਲੇਟਡ ਕੇਸਿਸ ਦੇ ਨਾਲ ਡੀਲ ਕਰਦੇ ਹਨ ਬਾਰ ਐਂਡ ਬੈਂਚ ਵਰਗੀ ਨਮਾਇਆ ਕਾਨੂੰਨ ਦੇ ਬਾਰੇ ਜਿਹੜੀ ਵੈਬਸਾਈਟ ਹੈ ਉਸ ਤੇ ਲਿਖਦੇ ਹਨ ਔਰ ਬਕਾਇਦਾ ਤੌਰ ਦੇ ਉੱਤੇ ਇੱਕ ਪਬਲਿਕ ਐਕਟਿਵਿਸਟ ਹਨ ਇਸ ਕਿਸਮ ਦੇ ਜਿਹੜੇ ਮੁਕਦਮਿਆਂ ਦੇ ਵਿੱਚ ਸੌਰਵ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਨ੍ਹਾਂ ਕੁੜੀਆਂ ਬਾਰੇ ਸਾਨੂੰ ਪੱਕਾ ਪਤਾ ਹੈ ਕਿ ਭਾਈ ਇਹ ਦੁਨੀਆ ਦੀਆਂ ਸਭ ਤੋਂ ਲੜਾਕੀਆਂ ਕੁੜੀਆਂ ਨੇ ਉਹਨਾਂ ਨੇ ਤਾਂ ਦੁਨੀਆ ਦੇ ਪੱਧਰ ਤੇ ਲੜ ਕੇ ਦਿਖਾ ਦਿੱਤਾ ਵੀ ਸਾਥੋਂ ਤਕੜਾ ਕੋਈ ਨਹੀਂ ਉਹ ਇੰਨੀਆਂ ਕਮਜ਼ੋਰ ਕਿਵੇਂ ਕਰ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਦੀ ਇਹ ਹਾਲਤ ਹੋ ਜਾਵੇ ਦਿਨਾਂ ਤੋਂ ਬੈਠੀਆਂ ਰਹਿਣ ਤੇ ਫਿਰ ਮੈਂ ਕੋਈ ਲਾਰਜਰ ਪਬਲਿਕ ਮੂਵਮੈਂਟ ਨਹੀਂ ਦੇਖੀ ਕਿ ਮੁਹਾੜ ਆ ਗਿਆ ਹੋਵੇ ਲੋਕ ਸੜਕਾਂ ਤੇ ਡੁੱਲ ਪਏ ਹੋਣ ਪੋਲਿਟਿਸ਼ੀਅਨਸ ਦੇ ਉੱਤੇ ਇਨਾ ਬੋਝ ਆ ਗਿਆ ਹੋਵੇ ਕਿ ਹਰ ਪੋਲਿਟਿਕਲ ਪਾਰਟੀ ਭੱਜੀ ਫਿਰਦੀ ਹੋਵੇ ਵੀ نو ਕਿ ਕੁਝ ਕਾਫੀ ਹੱਦ ਤੱਕ ਫੋਟੋ ਆਫ ਹੋ ਰਿਹਾ ਉੱਥੇ ਤੇ ਉਹ ਵੀ ਲੋਕ ਉਦੋਂ ਗਏ ਨੇ ਜਦੋਂ ਉਹਨਾਂ ਨੇ ਫਿੱਟ ਲਾਨਤ ਪਾਈ ਹੈ ਕੀ ਕੀ ਹੋ ਗਿਆ ਸਾਡੇ ਸਾਰੇ ਸਟਾਰਸ ਪਲੇਅਰਸ ਨੂੰ ਉਹਨਾਂ ਵੱਡੇ ਵੱਡੇ ਲੋਕਾਂ ਨੂੰ ਜਿਹੜੇ ਸਾਡੇ ਨਾਲ ਫੋਟੋ ਆਪੇ ਖਿਚਾਉਂਦੇ ਸਨ ਵਾਈਜ਼ ਦਿਸ ਹੈਪਨਿੰਗ ਸਰ ਅਗਰ ਆਪਾਂ ਹੀ ਕੁੜੀਆਂ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਦੁਨੀਆ ਦੇ ਜਿਹੜੇ ਬੈਸਟ ਯਾ ਵਰਲਡ ਦੀ ਟਾਪ ਲੈਵਲ ਦੇ ਕੰਪੀਟੀਸ਼ਨਸ ਹੈ ਉੱਥੇ ਦੇ ਮੈਡਲ ਹੈਗੇ ਆ ਚਾਹੇ 올림픽 ਹੋਣ ਵਰਲਡ ਚੈਂਪੀਅਨਸ਼ਿਪ ਕਾਮਨਵੈਲਥ ਏਸ਼ੀਅਨ ਗੇਮਸ ਤਾਂ ਇਹ ਇੰਡੀਆ ਦੇ 엘ੀਟੇਸਟ ਜਿਹੜੇ ਖਿਡਾਰੀ ਹੈ ਉਹ ਹੈਗੇ ਆ ਤਾਂ ਅਗਰ ਇਸ ਖਿਡਾਰੀ ਨੂੰ ਤਕਲੀਫ ਹੋ ਰਹੀ ਹੈ ਤਾ ਇੱਕ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਪਹਿਲੇ ਇਹਨਾਂ ਨੇ ਧਰਨਾ ਦਿੱਤਾ ਜਨਵਰੀ ਚ ਹੂੰ ਤਾਂ ਉਸ ਟਾਈਮ ਐਫ ਆਈ ਆਰ ਕਿਉਂ ਨਹੀਂ ਕੀਤੀ ਗਈ ਕਿਉਂਕਿ ਦੁਬਾਰਾ April ਚ ਉਹਨਾਂ ਨੇ ਜਦੋਂ ਦੁਬਾਰਾ ਆਏ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਈ ਯਾ ਤਾਂ ਯਾ ਤਾਂ ਫਿਰ ਹੁਣ ਵੀ ਨਾ ਹੁੰਦੀ ਐਫ ਆਈ ਆਰ ਮਨਾ ਕਰ ਦਿੰਦੀ ਦਿੱਲੀ ਪੁਲਿਸ ਕਿ ਅਸੀਂ ਹੁਣ ਵੀ ਨਹੀਂ ਕਰ ਰਹੇ ਅਸੀਂ ਇਨਵੈਸਟੀਗੇਟ ਕੀਤੀ ਐ ਇਹਦੇ ਚ ਕੋਈ ਸੱਚਾਈ ਨਹੀਂ ਐ ਫਿਰ ਹੁਣ ਕਿਉਂ ਕੀਤੀ ਹੂੰ ਤਾਂ ਇਹ ਚੀਜ਼ ਪਹਿਲੇ ਕਰਨੀ ਚਾਹੀਦੀ ਸੀ ਔਰ ਜਿਹੜੀ ਪੋਲਿਟੀਕਲ ਪਾਰਟੀਆਂ ਨਾਲ ਜੁੜੀ ਐ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਲੜਾਈ ਐ ਇਹ ਖਿਡਾਰੀ ਦੀ ਲੜਾਈ ਹੈ ਇੱਕ ਸਮਾਜ ਦੀ ਲੜਾਈ ਹੈ ਔਰ ਇੱਕ ਫਿਊਚਰ ਜਨਰੇਸ਼ਨ ਵਾਸਤੇ ਲੜਾਈ ਹੈ ਕਿਉਂਕਿ ਅਗਰ ਅੱਜ ਇਹਨਾਂ ਨੂੰ ਅਨਿਆਏ ਨਹੀਂ ਮਿਲਦਾ ਤਾਂ ਜਿਹੜੀ ਮੁਸ਼ਕਿਲ ਨਾਲ ਪਿਛਲੇ 10 15 20 ਸਾਲਾਂ ਚ ਅਗਰ ਦੇਖਿਆ ਜਾਏ ਜਿਹੜੀ ਔਮਨ ਪਾਰਟਿਸਪੇਸ਼ਨ ਵਧੀ ਹੈ ਉਹ ਤੇ ਬਹੁਤ ਵੱਡਾ ਇੱਕ ਚਟਕਾ ਲੱਗੂਗਾ ਕਿਉਂਕਿ ਜਦੋਂ ਜਨਵਰੀ ਚ ਆਏ ਇਹਨਾਂ ਨੇ ਪ੍ਰੋਟੈਸਟ ਕੀਤਾ ਇਹਨਾਂ ਦੀ ਮੰਗ ਸੀਗੀ ਉਸ ਟਾਈਮ ਸੈਕਸ਼ੂਅਲ ਹਰਾਸਮੈਂਟ ਦੀ ਗੱਲ ਸੀਗੀ ਉਹਦੇ ਬਾਅਦ ਐਫ ਆਈ ਆਰ ਨਹੀਂ ਲਾਂਚ ਕੀਤੀ ਗਈ ਤਾਂ ਕਿਸੇ ਪਾਰਟੀ ਨੇ ਬਾਅਦ ਇਹਨਾਂ ਨੂੰ ਮੋਨਿਟਰ ਨਹੀਂ ਕੀਤਾ ਕੀ ਵੀ ਪਰਸਿਊ ਨੇ ਕਿ ਪਰਸਿਊ ਕਰਨਾ ਚਾਹੀਦਾ ਸੀ ਫੋਲੋ ਅਪ ਕਰਨਾ ਚਾਹੀਦਾ ਸੀ ਉਹ ਕਹਿੰਿਆ ਨੀਕ ਤਾਂ ਕਿ ਜੀ ਜਨਵਰੀ ਦੇ ਵਿੱਚ ਐਫ ਆਈ ਆਰ ਕਿਉਂ ਨਹੀਂ ਕੀਤੀ ਜਦੋਂ ਉਹ ਜੰਤਰ ਮੰਤਰ ਤੇ ਬੈਠ ਗਈਆਂ ਸੀ ਤੇ ਹੁਣ ਕਿਉਂ ਕੀਤੀ ਜੇ ਹੁਣ ਠੀਕ ਕੀਤੀ ਤਾਂ ਮਤਲਬ ਉਦੋਂ ਵੀ ਉਹਨਾਂ ਦੀ ਡਿਮਾਂਡ ਠੀਕ ਸੀ ਲੈਟਸ ਗੋ ਇਵਨ ਬਿਫੋਰ ਥੈਟ ਸਰਵਜੀਤ ਜਨਵਰੀ ਦੇ ਵਿੱਚ ਉਹਨਾਂ ਨੂੰ ਜਾ ਕੇ ਜੰਤਰ ਮੰਤਰ ਤੇ ਕਿਉਂ ਬੈਠਣਾ ਪਿਆ ਆਫਟਰ ਆਲ ਕੁੜੀਆਂ ਨੇ ਪਹਿਲੇ ਦਿਨ ਐਫ ਆਈ ਆਰ ਦਰਜ ਕਰਾਉਣ ਲਈ ਇ tanto ਨਹੀਂ ਸੋਚਿਆ ਹੋਗਾ ਕਿ ਆਪਾਂ ਜੰਤਰ ਮੰਤਰ ਤੇ ਜਾ ਕੇ ਬੈਠ ਜਾਵਾਂਗੇ ਫਿਰ ਆਪਾਂ ਡਿਮਾਂਡ ਕਰਾਂਗੇ ਉਹਨਾਂ ਨੇ ਪਹਿਲਾਂ ਐਫ ਆਈ ਆਰ ਦਰਜ ਕਰਾਉਣ ਇੰਨੀਆ ਮਤਲਬ ਇਹਨਾਂ ਨੇ ਅੱਛਾ ਸ਼ਬਦ ਵਰਤਿਆ ਵੀ ਇਹ ਹਿੰਦੁਸਤਾਨ ਦੀਆਂ ਸਭ ਤੋਂ 엘ੀਟ ਖਿਡਾਰਨਾਂ ਨੇ ਹਿੰਦੁਸਤਾਨ ਦੀਆਂ ਸਭ ਤੋਂ 엘ੀਟ ਖਿਡਾਰਨਾਂ ਜਾ ਕੇ ਇੱਕ ਆਦਮੀ ਦੇ ਉੱਤੇ ਔਰ ਇੱਕ ਆਵਾਜ਼ ਦੇ ਵਿੱਚ ਇਹ આરોਪ ਲਗਾ ਰਹੀਆਂ ਨੇ ਕਿ ਅਜੇ ਆਦਮੀ ਔਰ ਕੋਈ ਇੱਕ ਮੈਲਾ ਨਹੀਂ ਕਹਿ ਰਹੀ ਹੈ ਊਮਨ ਆਫਟਰ ਊਮਨ ਐਥਲੀਟ ਇਹ ਗੱਲ ਕਹਿ ਰਹੀ ਹੈ ਤੇ ਉਹ ਨਹੀਂ ਲੋਜ ਕੀਤੀ ਜਾਂਦੀ ਦੂਸਰਾ ਜਿਹੜਾ ਇਹਨਾਂ ਨੇ ਕਿਹਾ ਕਿ ਜੇ ਦੂਜੀ ਵਾਰ ਉਹਨਾਂ ਨੇ ਦਰਜ ਕਰ ਲਈ ਐਫ ਆਈ ਆਰ 댓 미ንስ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਨਹੀਂ ਦਰਜ ਕੀਤੀ ਸੀ ਉਹਨਾਂ ਦੇ ਉੱਤੇ ਐਕਸ਼ਨ ਬਾਰੇ ਤਾਂ ਅਸੀਂ ਕੋਈ ਗੱਲ ਹੀ ਨਹੀਂ ਸੁਣੀ ਉਹਦੀ ਤਾਂ ਜੇ ਡਿਮਾਂਡ ਵੀ ਨਹੀਂ ਅਸੀਂ ਦੇਖੀ ਕਿ ਭਾਈ ਜਨੂਰੀ ਤੋਂ ਲੈ ਕੇ ਜਿਨ੍ਹਾਂ ਨੇ ਨਹੀਂ ਸੀ ਕੀਤੀ ਉਹਨਾਂ ਲਈ ਕਨਸੀਕੁਐਂਸਿਸ ਕੀ ਨੇ ਤਾਂ ਕੀ ਅਸੀਂ ਇਹ ਕਲੀਅਰ ਕਰ ਰਹੇ ਹਾਂ ਕਿ ਪਹਿਲੀ ਗੱਲ ਔਮਨ ਦੀ ਗੱਲ ਜੇ ਨਹੀਂ ਸੁਣੀ ਜਾਏਗੀ ਪੀੜਤ ਮਹਿਲਾ ਦੀ ਗੱਲ ਨਹੀਂ ਸੁਣੀ ਜਾਏਗੀ ਤਾਂ ਇਟਸ ਪਾਰ ਫੋਰ ਦਾ ਕੋਰਸ ਇਹ ਹੁੰਦਾ ਨਹੀਂ ਵੀ ਸੁਣੀ ਜਾਂਦੀ ਤੇ ਜਦੋਂ ਅਸੀਂ ਬਹੁਤ ਦੇਰ ਤੱਕ ਨਹੀਂ ਸੁਣਾਗੇ ਤਾਂ ਫਿਰ ਸੁਣਨ ਤੋਂ ਬਾਅਦ ਵੀ ਜਿਨ੍ਹਾਂ ਨੇ ਨਹੀਂ ਸੀ ਸੁਣੀ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਫਿਰ ਤਾਂ ਸਿਗਨਲ ਸਾਫ ਹੈ ਅਗਲੀ ਜਿਹੜੀ ਮਹਿਲਾ ਨੇ ਐਫ ਆਈ ਆਰ ਲਾਂਚ ਕਰਾਣੀ ਹੈ ਉਹ ਫਿਰ ਤਿਆਰ ਹੋ ਜਾਵੇ ਕਿ ਉਹ 2-4 ਵਾਰੀ 2-4 ਮਹੀਨੇ ਜੰਤਰ ਮੰਤਰ ਤੇ ਜਾ ਕੇ ਪਹਿਲਾਂ ਤੇ ਇੰਨੀ ਵੱਡੀ ਐਥਲੀਟ ਹੋਵੇ ਫਿਰ ਇਹਨਾਂ ਲੜ ਸਕੇ ਤਾਂ ਜਾ ਕੇ ਤੇ ਸੁਪਰੀਮ ਕੋਰਟ ਹਿਲਾ ਸਕੇ ਅਧੀ ਰਾਤ ਤੱਕ ਤਾਂ ਜਾ ਕੇ ਐਫਆਈਆਰ ਲਾਜ ਹੋਵੇਗੀ ਇਹਦਾ ਮਤਲਬ ਮੈਸੇਜ ਸਾਫ ਹੈ ਕਿ ਔਰਤਾਂ ਪ੍ਰੋਟੈਸਟ ਕਰਨਾ ਬੰਦ ਕਰ ਦੇ ਨਹੀਂ ਮੈਂ ਕੁਝ ਗੱਲਾਂ ਤਾਂ ਬਿਲਕੁਲ ਹੀ ਠੀਕ ਨੇ ਤੁਸੀਂ ਕਹੇ ਕਿ ਅਸੀਂ ਜਨਵਰੀ ਦੀ ਗੱਲ ਕਰਦੇ ਹਾਂ ਸਰਪ ਜੀ ਨੇ ਕਿਹਾ ਮੈਂ ਕਹਨੀ ਹੈ ਕਿ ਜੇ ਜਨਵਰੀ 'ਚ ਵੀ ਉਹ ਆਏ ਉਹਨਾਂ ਨੇ ਐਫਆਈਆਰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ ਵੀ ਤਾਂ ਉਹਨਾਂ ਦੇ ਅੰਦਰ ਬਹੁਤ ਕੁਝ ਟੁੱਟ-ਭੱਜ ਹੋਈ ਹੋएगी ਨਾ ਇਹ ਤਾਂ ਨਹੀਂ ਕਿ ਕੋਈ ਘਟਨਾ ਵਾਪਰੀ ਔਰ ਉਹ ਕੁੜੀਆਂ ਐਟ ਅ ਟਾਈਮ ਇੰਨੀਆਂ ਜਾਗਰੂਕ ਨੇ ਔਰ ਸਿਸਟਮ ਦਾ ਉਹਨਾਂ ਨੂੰ ਪਤਾ ਨਹੀਂ ਹੈ ਤੁਸੀਂ ਉਹਨਾਂ ਦੀ ਸਟਰਗਲ ਦੇਖੋ ਜਿਨ੍ਹਾਂ ਨੂੰ ਤੁਸੀਂ ਇੰਨੀਆਂ 엘ੀਟ ਕੁੜੀਆਂ ਕਿਹਾ ਇੰਨੀਆਂ ਪਾਵਰਫੁਲ ਤੁਹਾਡੇ ਅਕੋਰਡਿੰਗ ਦੁਨੀਆ ਮੰਨ ਚੁੱਕੀ ਹੈ ਕਿ ਉਹ ਲੜਕੀਆਂ ਨੇ ਫਰਗਾਟ ਫੈਮਿਲੀ ਬਾਰੇ ਦੰਗਲ ਮੂਵੀ ਚ ਦੱਸਿਆ ਗਿਆ ਕਿ ਉਹ ਕੁੜੀਆਂ ਮੁੰਡਿਆਂ ਨਾਲ ਲੜ ਕੇ ਮੁੰਡਿਆਂ ਨੂੰ ਪਟਕਣੀਆਂ ਦੇ ਕੇ ਇਸ ਥਾਂ ਤੱਕ ਪਹੁੰਚਿਆ ਨੇ ਉਹ ਮੁੰਡਿਆਂ ਨੂੰ ਕ੍ਰੇਨ ਕਰ ਰਹੀਆਂ ਨੇ ਉੱਥੇ ਜੰਤਰ ਮੰਤਰ ਤੇ ਨਹੀਂ ਤਾਂ ਇਹ ਉਹ ਕੁੜੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਕਿਸੇ ਇੱਕ ਕਿਸੇ ਸਧਾਰਨ ਕੁੜੀ ਦੀ ਕਿਸੇ ਸਕੂਲ ਜਾਂਦੀ ਕਾਲਜ ਜਾਂਦੀ ਕੁੜੀ ਦੀ ਗੱਲ ਨਹੀਂ ਕਰ ਰਹੇ ਤਾਂ ਉਹ ਕੁੜੀਆਂ ਵੀ ਇੱਕ ਪੂਰਾ ਪੈਟਰਨ ਹੈ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਉਹਨਾਂ ਨਾਲ ਘਟਨਾ ਵਾਪਰੀ ਹੋਏਗੀ ਉਹਨਾਂ ਨੇ ਉੱਥੇ ਰਿਸਿਸਟ ਕੀਤਾ ਹੋਏਗਾ ਕਿ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਨਾ ਫਿਰ ਉਹਨਾਂ ਨੇ ਆਪਣੇ ਨੇੜੇ ਤੇੜੇ ਦੇ ਮੁੰਡਿਆਂ ਨਾਲ ਗੱਲ ਕੀਤੀ ਹੋਏਗੀ ਕੁੜੀਆਂ ਨਾਲ ਗੱਲ ਕੀਤੀ ਹੋਏਗੀ ਵਿਦਨ ਦਾ ਇੰਸਟੀਟਿਊਸ਼ਨ ਗੱਲ ਕੀਤੀ ਹੋਏਗੀ ਆਪਣੇ ਵੱਡਿਆਂ ਨਾਲ ਗੱਲ ਕੀਤੀ ਹੋਏਗੀ ਵੱਡੇ ਮਤਲਬ ਫੈਮਲੀ ਦੇ ਵਿੱਚ ਵੀ ਤੇ ਉਹਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਤੱਕ ਨਾਲ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਤੱਕ ਤਾਂ ਉਹ ਇੰਨਾ ਵੱਡਾ ਫੇਜ਼ ਹੈ ਉਹਨੂੰ ਜਨਵਰੀ ਤੋਂ ਅਪ੍ਰੈਲ ਤੱਕ ਜਦੋਂ ਅਸੀਂ ਘਟਾ ਦਿੰਨੇ ਆ ਤਾਂ ਅਸੀਂ ਉਹਦੇ ਨਾਲ ਇੱਕ ਤਰ੍ਹਾਂ ਨਾਲ ਅਸੀਂ ਉਹਨੂੰ ਵੀ ਛੋਟਾ ਕਰ ਰਹੇ ਹੁੰਨੇ ਆ ਸਾਲਾਂ ਤੋਂ ਕੁੜੀਆਂ ਜਾ ਰਹੀਆਂ ਸੀ ਅਗਲੀ ਗੱਲ ਤੁਸੀਂ ਕਿਹਾ ਕਿ ਜੇ ਐਫ ਆਈ ਆਰ ਨਹੀਂ ਹੋ ਰਹੀ ਤਾਂ ਅਸੀਂ ਕੁੜੀਆਂ ਨੂੰ ਕੀ ਮੈਸੇਜ ਦੇ ਰਹੇ ਹਾਂ ਸਾਨੂੰ ਇਹ ਸਮਝਣਾ ਚਾਹੀਦਾ ਅੱਜ ਤੱਕ ਮੈਂ ਵੀ ਇੱਕ ਐਵੇਂ ਹੀ ਸੋਚਦੀ ਰਹੀ ਹਾਂ ਕਿ ਸਾਡਾ ਸਮਾਜ ਜੋ ਹੈ ਉਹ ਆਰਥ ਵਿਰੋਧੀ ਮਾਨਸਿਕਤਾ ਵਾਲਾ ਸਮਾਜ ਹੈ ਵੱਡੀ ਜਿਹੜੀ ਤੇਰੇ ਉਹ ਆਰਥ ਵਿਰੋਧੀ ਮਾਨਸਿਕਤਾ ਰੱਖਦੀ ਆ ਪਰ ਮੈਂ ਪਿਛਲੇ ਸਮੇਂ ਤੋਂ ਐਸਪੀਜੀ ਦੇਖ ਰਹੀ ਹਾਂ ਕਿ ਇਹ ਕਲਾਹਤ ਵਿਰੋਧੀ ਨਹੀਂ ਹੈ ਇਹ ਕਮਜ਼ੋਰ ਵਿਰੋਧੀ ਸਮਾਜ ਹੈ ਇਹ ਦਾਬੇ ਵਾਲਾ ਸਮਾਜ ਹੈ ਸਿਸਟਮ ਦੇ ਅੰਦਰ ਜਦ ਤੱਕ ਸਿਸਟਮ ਦੇ ਅੰਦਰ ਰਹਿਣਾ ਆ ਠੀਕ-ਠਾਕ ਪਰਫਾਰਮ ਕਰਨਾ ਇਹ ਉਦੋਂ ਤੱਕ ਹੀ ਹੋ ਸਕਦਾ ਜਦੋਂ ਤੁਸੀਂ ਉਹਦੇ ਹਿੱਸੇਦਾਰ ਹੁੰਨੇ ਹੋ ਤੁਹਾਡੀ ਹਿੱਸੇਦਾਰੀ ਦਾ ਮਤਲਬ ਦਾਬੇ ਦੀ ਹਿੱਸੇਦਾਰੀ ਵੀ ਹੈ ਤਾਂ ਤੁਸੀਂ ਉਸ ਦਾਬੇ ਦੀ ਹਿੱਸੇਦਾਰੀ ਨੂੰ ਕੰਟੀਨਿਊ ਕਰਦੇ ਹੋ ਉਹਦੀ ਚੇਨ ਬਣਦੇ ਹਾਂ ਵੱਡੇ ਜਾਂ ਛੋਟੇ ਇੱਥੇ ਤੁਸੀਂ ਧਿਆਨ ਦਿਓ ਕਿ ਅਸੀਂ ਇੱਕ ਸਮੇਂ ਤੱਕ ਲੜਦੇ ਰਹੇ ਹਾਂ ਕਿ ਔਰਤਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਅਲੱਗ-ਅਲੱਗ ਥਾਵਾਂ ਦੇ ਉੱਤੇ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਇਸ ਸਮੇਂ ਬਾਲ ਵਿਕਾਸ ਤੇ ਔਰਤ ਭਲਾਈ ਮਨਿਸਟਰ ਸਿਮਰਤੀ ਰਾਨੀ ਹੈ ਦੇਸ਼ ਦੀ ਸਰਵਉੱਚ ਜੋ ਪੋਜੀਸ਼ਨ ਹੈ ਉਹ ਮੁਰਮੂ ਕੁੱਲ ਹੈ ਰਾਸ਼ਟਰਪਤੀ ਸਾਡੇ ਇੱਕ ਫੀਮੇਲ ਹੈ ਸਮਰਤੀ ਰਾਣੀ ਬੀਜੀ ਨਾ ਤੋੜਾ ਜੀ ਪੀਟੀ ਉਸਾ ਸੋਰੀ ਪੀਟੀ ਉਸਾ ਹਮ ਮੇਰੇ ਤੋਂ ਨਾਮ ਗਲਤ ਨਿਕਲ ਗਿਆ ਤਾਂ ਪੀਟੀ ਉਸਾ ਹੈ ਕਿੰਨੀਆਂ ਹੀ ਆਰਤਾ ਨੇ ਜਿਹੜੀਆਂ ਨੇ ਆ ਕੇ ਇਹ ਨਹੀਂ ਕਿਹਾ ਕਿ ਪਹਿਲਾਂ ਕੇਸ ਨੂੰ ਦੇਖੋ ਕੇਸ ਕੀ ਹੈ ਔਰ ਕੀ ਭਾਰਤ ਦੇ ਕਿਸੇ ਇਨਸਾਨ ਨੂੰ ਇਹ ਨਹੀਂ ਪਤਾ ਕਿ ਜਦੋਂ ਇੱਕ ਕੁੜੀ ਆਪਣੇ ਘਰ ਤੋਂ ਬਾਹਰ ਕਿਸੇ ਵੀ profession ਦੇ ਵਿੱਚ ਜਾਂਦੀ ਹੈ ਖੇਡਣੀ ਹੈ ਉਹ ਕੱਲੀ ਕਿਸੇ ਵੀ profession ਦੇ ਵਿੱਚ ਜਾਂਦੀ ਹੈ ਉਹਨੂੰ abuse ਦਾ ਸਾਹਮਣਾ ਕਰਨਾ ਪੈਂਦਾ ਉਹ abuse ਹਜ਼ਾਰ ਤਰ੍ਹਾਂ ਦਾ ਹੋ ਸਕਦਾ ਹੈ ਉਹ ਤੱਕਾ ਉਹ ਉਹ ਹਿੰਸਾ ਹਜ਼ਾਰ ਤਰ੍ਹਾਂ ਦੀ ਹੋ ਸਕਦੀ ਹੈ ਸਾਹਮਣਾ ਕਰਨਾ ਪੈਂਦਾ ਇਹ ਕੁੜੀਆਂ ਸਿਰਫ ਉਹਦੀ ਗੱਲ ਕਰ ਰਹੀਆਂ ਨੇ ਜੋ ਹੈ ਸਾਨੂੰ ਪਤਾ ਹੈ ਪਰ ਫਿਰ ਵੀ ਅਸੀਂ ਉਹਨਾਂ ਦੇ ਉੱਤੇ ਸਵਾਲ ਖੜਾ ਕਰ ਰਹੇ ਹਾਂ ਇਹਦਾ ਮਤਲਬ ਅਸੀਂ ਇਹ ਕਹਿ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਜਿੰਨੀ ਸਪੇਸ ਦਿੱਤੀ ਆ ਤੁਹਾਨੂੰ ਇਹ ਮੌਕੇ ਪ੍ਰਦਾਨ ਕੀਤੇ ਗਏ ਨੇ ਇੰਨਾ ਮੌਕਿਆਂ ਦੇ ਵਿੱਚ ਵਿੱਚ ਜੋ ਤੁਸੀਂ ਕਰਨਾ ਕਰ ਲੋ ਇਸ ਤੋਂ ਅੱਗੇ ਡਿਮਾਂਡ ਕਰੋਗੇ ਤੁਹਾਨੂੰ ਕਨਸੀਕਵੈਂਸਸ ਫੇਸ ਕਰਨੇ ਪੈਣਗੇ ਤਾਂ ਜਿਹੜੇ ਮੈਡਲ ਨੇ ਜਿਹੜੀ ਪੋਜੀਸ਼ਨ ਹੈ ਉਹ ਉੱਥੇ ਤੱਕ ਜਾਣ ਲਈ ਵੀ ਇਹਦਾ ਮਤਲਬ ਕਿੰਨੇ ਚੈਲੰਜ ਨੇ ਜਿਹੜੇ ਉਹ ਕੁੜੀਆਂ ਪਾਸ ਕਰਕੇ ਗਈਆਂ ਨੇ ਟੈਲ ਮੀ ਦੱਸ ਕੇ ਇਹਨਾਂ ਕੁੜੀਆਂ ਕੋਲ ਤਾਂ ਮੈਡਲ ਸੀ ਪੋਜੀਸ਼ਨ ਸੀ ਜੰਤਰ ਮੰਤਰ ਤੱਕ ਜਾਣ ਦੇ ਰਸਤੇ ਪਤਾ ਸੀ ਤੇ ਇਹ ਪਤਾ ਸੀ ਕਿ ਅਸੀਂ ਜੇ ਤਾਂ ਆਪਣੇ ਆਪ ਇਨਸਪਾਇਰ ਹੋ ਕੇ ਆਗੇ ਸਾਡੇ ਨਾਲ ਤਾਂ ਚੰਗੀ ਗੱਲ ਹੈ ਵਰਨਾ ਸੀ ਲਾਣਤ ਪਾ ਕੇ ਹਿੰਦੁਸਤਾਨ ਦੇ ਵੱਡੇ ਵੱਡੇ ਕ੍ਰਿਕਟਰਸ ਨੂੰ ਐਥਲੀਟਸ ਨੂੰ ਖੜਾ ਕਰ ਦਿਆਂਗੇ ਆ ਲਾਈਨ ਦੇ ਵਿੱਚ ਕਿ ਸਾਡੀ ਸਪੋਰਟ ਤੇ ਖੜੋ ਸੁਪਰੀਮ ਕੋਰਟ ਵੀ ਅਸੀਂ ਹਿਲਾ ਦਿਆਂਗੇ ਉਸ ਤੋਂ ਬਾਅਦ ਇਹ ਇੰਨੀ ਮੁਸ਼ਕਲ ਨਾਲ ਜੇ ਐਫ ਆਈ ਆਰ ਦਰਜ ਹੁੰਦੀ ਹੈ ਇੱਕ ਗੱਲ ਤਾਂ ਕਲੀਅਰ ਹੈ ਨਾ ਹੁਣ ਜਿਹੜਾ ਆਪ੍ਰੈਸਰ ਹੈ ਹੀ ਫੀਡਸ ਔਨ ਯੋਰ ਫੀਅਰ ਉਹਨੂੰ ਇਹ ਪਤਾ ਹੈ ਕਿ ਤੁਸੀਂ ਅੰਦਰੋਂ ਤਾਂ ਡਰਾ ਦਿੱਤੀਆਂ ਗਈਆਂ ਹੋ ਨਾ ਤੇ ਬਾਕੀ ਦੀਆਂ ਲੜਕੀਆਂ ਜਿਹੜੀਆਂ ਇਹ ਨਾਲ ਕੁੜੀਆਂ ਨੂੰ ਦੇਖ ਕੇ ਆਪਣੇ ਮਾਪੇ-ਮਾਪ ਨੂੰ ਕਹਿੰਦੀਆਂ ਸੀ ਕਿ ਸਾਨੂੰ ਵੀ ਜਾਣ ਦਿਓ ਸਾਨੂੰ ਵੀ ਖੇਡਣ ਦਿਓ ਮੈਨੂੰ ਵੀ ਬਾਹਰ ਦੁਨੀਆ ਦੇ ਵਿੱਚ ਜਾਣ ਦਿਓ ਮੈਨੂੰ ਕੰਮ ਕਰਨ ਦਿਓ ਮੈਨੂੰ ਦਫ਼ਤਰ 'ਚ ਜਾਣ ਦਿਓ हम उन्होंने आर्ग्यूमेंट रहेगा मां बाप कोर्ग्यूमेंट आ गया सो हाउ डू यू डी विदुअली कर रहे हैं वो तो साफ तौर पर यही कर रहे हैं कि हर हाल में जो सरकार है हुँ. वो रेपिस्ट को जो सैक्शुअल हरासमेंट कर रहे हैं उनको जो दलित विरोधी है उनको उनको बचाने के लिए वो कहीं तक भी जाएंगे और ये मसला बहुत बड़ा है जिस तरीके से कमेटी बैठी है सबसे पहली बात तो वो हज़ार कानूनी बात करेंगी कमेटी की जो बात है रिकमेंडेशन है हम ये जाहिर नहीं कर सकते या फलानी चीज़ नहीं बता सकते ढिमकानी नहीं बता सकते पर ये कौन सा कहाँ का कानून कहता है कि एफ भी तब तक लॉज नहीं होगी जब तक सुप्रीम कोर्ट का नोटिस नहीं आएगा जब सबसे पहली बार आप पुलिस में कम्प्लेन करने जाते तो उनका काम है कि कॉग्निजेबल ऑफेंस है तो वो एफ आई लॉन्च करें वो जा ही नहीं रहे हैं सिविल प्रोसेस में वो जा ही रहे क्रिमिनल प्रोसेस में और आपको उसी में ही इन्वेस्टिगेशन करके प्रोसिक्यूट करना है तो अगर आप इन्वेस्टिगेशन करने के लिए कोई जाँच की कमेटी बनाएंगे तो आप उसमें सेलिब्रिटी फेसेस को थोड़ी रखेंगे मेरी कॉम ने कौन सी वकालत की पढ़ाई करी है या वो कौन सी एसआईटी कोई भी बैठेगी कोई भी इन्वेस्टिगेशन कमेटी बैठेगी तो उसकी कोई तो कहीं कहीं तो लगा होगा कि फेलो प्लेयर है वुमेन है एम्पैथेटिक होनगे मेरे मत, ख्याल से आई डोंट फील मतलब मैंने देखा नहीं कि मैरी कॉम लड़ रही होवे कि assi jadia findings दितिया ने ओना नु पब्लिक करो वो फाइंडिंग आज तक भी नहीं सानू नहीं पता साडे कोल पब्लिक नहीं है कि ओना ने कमेटी ने की कीता आई सी मतलब वो पूरा मिला जुला करके एक अपना क्या बोलते हैं डॉक्यूमेंटेशन करने का काम कर रहे हैं आई तो हालांकि ये कहती है कि हर इंस्टीट्यूशन में जहाँ पे दस से ज़्यादा एम्प्लॉई है वहाँ पे कमेटी होगी जो फिफ्टी परसेंट वुमेन होगी उसका जो चेयरपर्सन होगा वो वुमेन लीड करेगा आप डब्ल्यू की वेबसाइट खोल के देखेंगे तो आई का जो चेयरपर्सन है वो आदमी है मेल है 50 परसेंट क्या पांच में से चार उसमें आदमी है पांचवी जो फीमेल मेंबर है साक्षी मलिक है जो प्रोटेस्ट कर रही हैं तो उनकी आईसी तो पहले से खराब है उसके बाद जब शिकायत आती है क्रिमिनल प्रोसेस में जाने की जब वो पुलिस कंप्लेन करती है तब क्रिमिनली प्रोसिक्यूट करने के बजाय आप कोई और ही कमेटी बना रहे हो जिसमें जो इन्वेस्टिगेशन है वो भी कोई जुडिशियल इंक्वायरी नहीं हो रही वहां पे कोई आपको कोई सिटिंग जज को बैठाना चाहिए था इंक्वायरी करने के लिए या कोई रिटायर्ड जज को बैठाना चाहिए था कोई एस आई टी जैसी कमेटी सुप्रीम कोर्ट मोनिटरिंग जज लगा दे चाहे कोई देर्ट का चाहे कोई रिटायर्ड जज लगा दे पर उसके बजाय उन्होंने ने एक सेलिब्रिटी फेस को लगा दिया hmm. जो जिनको ना कोई उनके क्या इन्वेस्टिगेशन करने की तो मेरी कॉम की कोई वो नहीं है मतलब हाँ, क्वालिफिकेशन नहीं, है नहीं uh, वो तो वही है करेंगी है। जो hmm. उनको कहा जाएगा करने के लिए तो बेसिकली आप वही करेंगे या क्या किया होगा वो भी सानू नहीं पता बट ए, 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 ਤੁਸੀਂ ਕਹੇ ਕਿ ਇੱਕ ਰੇਪਿਸਟ ਨੂੰ ਬਚਾਉਣ ਲਈ ਸਰਕਾਰ ਇੱਥੋਂ ਤੱਕ ਜਾਏਗੀ ਆਈ ਵੰਡਰ ਕਿ ਸਰਕਾਰ ਰੇਪਿਸਟ ਨੂੰ ਬਚਾਉਣ ਲਈ ਜਾ ਰਹੀ ਹੈ ਕਿ ਸਰਕਾਰ ਦਰਅਸਲ ਇੱਕ 6 ਟਾਈਮ ਐਮਪੀ ਨੂੰ ਬਚਾਉਣ ਲਈ ਜਾ ਰਹੀ ਹੈ ਜਿਹਦਾ ਬਹੁਤ ਸਾਰੀਆਂ ਕੌਨਸਟਿਟੂਐਂਸੀਸ ਦੇ ਉੱਤੇ ਹੋਲਡ ਹੈ ਉੱਤਰ ਪ੍ਰਦੇਸ਼ ਬਹੁਤ ਇੰਪੋਰਟੈਂਟ ਹੈ ਉੱਥੇ ਰਾਮ ਰਾਜਿਆ ਲਿਆਣਾ ਹੈ ਕਾਫੀ ਹੱਦ ਤੱਕ ਤਾਂ ਲਿਆਂਦਾ ਪਿਆ ਹੈ ਮਾਦਰ ਪਿਦਰ ਆਜ਼ਾਦ ਉਹ ਸੂਬਾ ਹੋਇਆ ਪਿਆ ਤੇ ਹੁਣ ਗੌਂਦਾ ਕੈਸਰਗੰਜ ਬਲਰਾਮਪੁਰ ਅਯੁੱਧਿਆ ਤੇ ਜਿਸ ਆਦਮੀ ਦਾ ਹੋਲਡ ਹੋਵੇ ਪੰਜਾਬ ਉਹ ਤੇ ਐਜੂਕੇਸ਼ਨਲ ਇੰਸਟੀਟਿਊਟ ਹੋਣ ਸਰਕਾਰ ਸ਼ਾਇਦ ਉਹਨਾਂ ਨੂੰ ਬਚਾਣ ਲਈ ਜ਼ੋਰ ਲਗਾ ਰਹੀ ਹੈ ਇੱਕ ਤਰ੍ਹਾਂ ਇਹ ਚੀਜ਼ ਹੈ ਸਰਕਾਰੀ ਕਰੇਪੇਸ ਤੇ ਆਪਣੀ ਪੋਲੀਟਿਕਲ ਕੈਪੀਟਲ ਖਰਚ ਰਹੀ ਹੈ ਜਿਸका ਆਰામਭੂਮੀ મે ਯਾ ਆਮ ਰਾਜੇ ਲਾਉਣੇ ਵਿੱਚ اتنا بڑا ਯੋਗਦਾਨ ਨੇ ਜੁਣ ਕੇ ਇਤਿਹਾਸੇ ਸਮੇਂ से एमपी ਹੈ ਉਹ ਆਖਿਰ ਕੌਣ ਹੋਣਗੇ ਵਹੀ ਜਿन्होने ਬਾਬਰੀ ਮਸਜਿਦ ਢਾਇਆ ਹੋ ਜਿਨਕੇ ਉੱਪਰ ਪਹਿਲੇ ਸੇ ਗੁੰਡਾਗਰਦੀ ਕੇ ਹਜ਼ਾਰੋਂ ਕੇਸਸ ਹੋ ਉਸੇ ਤਰੀਕੇ ਕੇ ਲੋਕ ਤੇ ਇਸ ਤਰੀਕੇ ਕੇ ਸਰਕਾਰ ਮੇ ਸਾਹਮਣੇ ਆ ਰਹੇ ਹੈ ਵੀਲ ਟਾਕ ਮੋਰ ਅਬਾਊਟ ਦਿਸ ਆਫਟਰ ਦਿਸ ਬ੍ਰੇਕ ब्रेक ਤੋਂ ਬਾਅਦ ਫਿਰ ਸਵਾਗਤ ਹੈ ਜੀ ਚਰਚਾ ਕਰ ਰਹੇ ਹਾਂ ਉਹਨਾਂ ਪਹਿਲਵਾਨਾਂ ਬਾਰੇ ਜਿਹੜੇ ਜੰਤਰ ਮੰਤਰ ਦੇ ਉੱਤੇ ਬੈਠ ਕੇ ਇਨਸਾਫ ਦੀ ਦੁਹਾਈ ਦੇ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਹਾਕਮ ਆਪਣੀ ਇਨੀ ਪੋਲਿਟੀਕਲ ਕੈਪੀਟਲ ਖਰਚ ਕਰ ਰਿਹਾ ਹੈ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਨ ਲਈ ਜਿਸ ਦੇ ਬਾਰੇ ਬਹੁਤ ਸਾਰੀਆਂ ਲੜਕੀਆਂ ਇਹ ਕਹਿ ਰਹੀਆਂ ਨੇ ਔਰ ਉਹਨਾਂ ਦਾ ਪਿਛਲਾ ਜਿਹੜਾ ਇਤਿਹਾਸ ਹੈ ਉਹ ਵੀ ਕੋਈ ਬਹੁਤਾ ਸੁਨਹਿਰੀ ਅੱਖਰਾਂ ਦੇ ਵਿੱਚ ਨਹੀਂ ਹੈ ਕਿ ਕਿਸ ਤਰੀਕੇ ਦਾ ਉਹ ਵਿਵਹਾਰ ਕੁੜੀਆਂ ਦੇ ਨਾਲ ਕਰਦੇ ਰਹੇ ਨੇ ਇਹ ਮੇਰੇ ਹੱਥ ਦੇ ਵਿੱਚ ਫਰਾਈਡੇ ਦੀ ਸੈਟਰਡੇ ਦੀ ਇੰਡੀਅਨ ਐਕਸਪ੍ਰੈਸ ਹੈ ਜਿਦੇ ਵਿੱਚ ਇਹ ਬਹੁਤ ਨਮਾਇਆ ਤੌਰ ਦੇ ਉੱਤੇ ਉਹਨਾਂ ਲੜਕੀਆਂ ਨੇ ਬੜੇ ਗ੍ਰਾਫਿਕ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਇਹ ਭਾਈ ਸਾਹਿਬ ਸਪੋਰਟਸ ਦੇ ਵਿੱਚ ਆਪਣਾ ਯੋਗਦਾਨ ਕਿਸ ਕਿਸਮ ਦੇ ਨਾਲ ਕਰਦੇ ਰਹੇ ਨੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਿਲ ਨੇ ਸੌਰਵ ਦੁੱਗਲ ਜੀ ਸੀਨੀਅਰ ਪੱਤਰਕਾਰ ਨੇ ਸਰਬਜੀਤ ਕੌਰ ਜੀ ਸਕਾਲਰ ਹਨ ਅਕਾਦਮਿਕ ਹਨ ਅਤੇ ਸੋਮਿਆ ਵਕੀਲ ਨੇ ਸੌਰਵ ਇਹ ਦੱਸੋ ਕਿ ਜੰਤਰ ਮੰਤਰ ਦੇ ਉੱਤੇ ਇੱਕ ਦੰਗਲ ਹੋ ਰਿਹਾ ਹੈ ਤੇ ਕੁੜੀਆਂ ਨੂੰ ਇੱਕ ਗੱਲ ਸਮਝਾ ਦਿੱਤੀ ਗਈ ਹੈ ਕਿ ਜੇ ਤੁਸੀਂ ਨਿਆਂ ਲਈ ਲੜੋਗੇ ਤਾਂ ਇਹ ਰਸਤਾ ਕੀ ਕਹਿੰਦੇ ਉਹਨੂੰ ਸਿਹਤ ਕੇ ਲਈ ਹਾਨੀਕਾਰਕ ਹੈ ਮੈਨੂੰ ਦੰਗਲ ਦਾ ਗਾਣਾ ਨਹੀਂ ਯਾਦ ਆ ਰਿਹਾ ਇਦਾਂ ਦਾ ਹੀ ਹੈ ਨਾ ਕੁਝ ਬਾਪੂ ਸਿਹਤ ਕੇ ਲਈ ਹਾਨੀਕਾਰਕ ਕੇ ਡਬਲਿਊ ਐਫ ਆਈ ਦਾ ਚੀਫ ਹੋਵੇ ਜਾਂ ਇਹ ਰੀਜਿਮ ਹੋਵੇ ਜਾਂ ਜੇ ਆ ਹਕੂਮਤ ਹੋਵੇ ਜਾਂ ਇਹ ਜਈ ਸੋਚ ਹੈ ਜਿਹੜੀ ਔਰ ਇਹ ਕੇਵਲ ਇੱਕ ਪਾਰਟੀ ਤੱਕ ਸੀਮਤ ਨਹੀਂ ਹੈ ਇਹ तमाम ਪੋਲਿਟਿਕਲ ਪਾਰਟੀਆਂ ਦੇ ਵਿੱਚ ਇਸ ਕਿਸਮ ਦੇ ਪੱਧਰ ਪੁਰਸ਼ ਬੈਠੇ ਨੇ ਸਾਨੂੰ ਪਤਾ ਹੈ ਅ ਕਿਉਂ ਇਸ ਕਿਸਮ ਦਾ ਵੀ ਪਰਿਵਾਰ ਨਹੀਂ ਲੜ ਪਾਇਆ ਤੇ ਜਦੋਂ ਮੈਂ ਕਹਿੰਦਾ ਇਸ ਕਿਸਮ ਦਾ ਪਰਿਵਾਰ ਪਹਿਲਾਂ ਤਾਂ ਸਾਨੂੰ ਥੋੜਾ ਜਿਆ ਪਰਿਵਾਰ ਬਾਰੇ ਦੱਸੋ ਕਿਉਂਕਿ ਫੋਗਟਸ ਬਾਰੇ ਬੜੀ ਸੁਣਦੇ ਆ ਮੈਂ ਤੇ ਜਦੋਂ ਵੀ ਰੈਸਲਿੰਗ ਦੀ ਗੱਲ ਹੁੰਦੀ ਹੈ ਉਹ ਮੈਨੂੰ ਸਮਝ ਨਹੀਂ ਆਉਂਦਾ ਕਿ ਗੱਲ ਰੈਸਲਿੰਗ ਦੀ ਹੋ ਰਹੀ ਹੈ ਕਿ ਫੋਗਟਸ ਬਾਰੇ ਹੋ ਰਹੀ ਹੈ ਜਿਨੂੰ ਦੇਖੋ ਸਭ ਫੋਗਟ ਹੀ ਨਿਕਲ ਰਹੇ ਨੇ ਟੈਲ ਮੀ ਅਬਾਊਟ ਦਾ ਫੈਮਿਲੀ ਅਗਰ ਊਮਨ ਰੈਸਲਿੰਗ ਦੀ ਗੱਲ ਕਰੀਏ ਤਾਂ ਫੋਗਟ ਫੈਮਿਲੀ ਦਾ ਬਹੁਤ ਵੱਡਾ ਇੱਕ ਕੌਂਟਰੀਬਿਊਸ਼ਨ ਹੈ ਹਮ ਇਸ ਫੈਮਿਲੀ ਦੇ ਤਿੰਨ 올ੰਪੀਅਨ ਦਿੱਤੇ ਦੇਸ਼ ਨੂੰ ਹਮ ਤਿੰਨ ਵਰਲਡ ਚੈਂਪ ਏ ਫੁਗਾੜ ਫੈਮਿਲੀ ਦੇ ਤਿੰਨ 올ੰਪੀਅਨ ਤਿੰਨ ਅਰਜੁਨਾ ਅਵਾਰਡੀ ਇੱਕ ਦਰੋਣਾਚਾਰਿਆ ਅਵਾਰਡੀ ਦਰੋਣਾਚਾਰਿਆ ਅਵਾਰਡੀ ਹੈ ਮਲਟੀਪਲ ਨੰਬਰ ਆਫ ਕਾਮਨਵੈਲਥ ਮੈਡਲਿਸਟ ਹੈ ਐਂਡ ਮਲਟੀਪਲ ਨੰਬਰ ਆਫ ਏਸ਼ੀਅਨ ਗੇਮਸ ਮੈਡਲਿਸਟ ਹੈ ਵਰਲਡ ਚੈਂਪੀਅਨਸ਼ਿਪ ਕਿੰਨੀ ਆ ਤਿੰਨ ਤਿੰਨ ਵਰਲਡ ਚੈਂਪੀਅਨ ਨੇ ਤਿੰਨ ਵਰਲਡ ਵਰਲਡ ਚੈਂਪੀਅਨ ਮੈਡਲਿਸਟ ਆ ਗੀਤਾ ਫੁਗਾੜ ਬਬੀਤਾ ਔਰ ਵਿਨੇਸ਼ ਤੇ ਇੰਟਰਨੈਸ਼ਨਲ ਖਿਡਾਰੀ ਕਿੰਨੇ ਹੋਗੇ ਤੇ ਸੀਨੀਅਰ ਲੈਵਲ ਤੇ ਜੂਨੀਅਰ 6 ਇੰਟਰਨੈਸ਼ਨਲ ਫੈਮਿਲੀ 6 ਇੰਟਰਨੈਸ਼ਨਲ ਹੋਗੇ ਕਿਉਂਕਿ ਇਹ 6 ਕੁੜੀਆਂ ਦੀ ਫੈਮਿਲੀ ਨੇ ਉਹ ਫਿਲਮ ਦਾ ਡਾਇਲੋਗ ਨਹੀਂ ਭੁੱਲਦਾ ਨਾ ਮੇਰੇ ਪਾਸ ਬੰਗਲਾ ਹੈ ਕੋਟੀ ਹੈ ਕੀ ਹੈ ਕੋਈ ਨਾ ਮੇਰੇ ਪਾਸ ਮਾਂ ਹੈ ਇਹਨਾਂ ਕੋਲ ਇਹਨਾਂ ਕੋਈ ਕੁਝ ਹੈਗਾ ਤੇ ਉਹਨਾਂ ਕੋਲ ਇੱਕ ਬ੍ਰਿਜ ਪੂਸ਼ਨ ਹੈਗਾ ਤਾਂ ਤੁਸੀਂ ਜੇ ਬੰਦਾ ਤੇ ਜਿੱਤ ਰਿਹਾ ਹੋ ਪਰ ਅਗਰ ਇਹ ਇੱਕ ਤਾਂ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਤਾਂ ਜਦੋਂ ਅਗਰ ਕੋਈ ਇਹ ਕਹਿੰਦਾ ਕਿ ਇੱਕ ਫੈਮਿਲੀ ਦੀ ਲੜਾਈ ਹੈ ਗੱਲ ਅਗਰ ਇਸ ਫੈਮਿਲੀ ਤੋਂ ਜ਼ਿਆਦਾ ਕੰਟਰੀਬਿਊਸ਼ਨ ਅਗਰ ਵੀ ਇੰਡੀਅਨ ਟੀਮ 10 15 20% 25% ਫੈਮਿਲੀ ਤੋਂ ਆ ਰਹੀ ਹੈ ਉਹ ਨਾਦੀ ਰਿਪਰੈਜੈਂਟੇਸ਼ਨ ਜਿਹੜਾ ਦੇਖਿਆ ਪ੍ਰੈਸ਼ਰ ਵਿਦ ਆਲ ਦਿਸ ਐਨ ਐ ਅਰਜੁਨਾ ਵਾਰਡੀ ਐਨ ਐ ਵਰਲਡ ਚੈਂਪੀਅਨਸ਼ਿਪਸ ਐਨ ਐ 올ੰਪੀਅਨ ਅਜੇ ਜੇ ਤੁਸੀਂ ਐਕਸਟੈਂਡਡ ਫੈਮਿਲੀ ਵਾਲ ਲੈ ਜਾਓ ਉਹ ਤੁਸੀਂ ਬਜਰੰਗ ਪੂਨੀਆ ਵਾਲ ਰੋਣਾ ਪਤਨੀ ਵਾਲ ਲੈਣਾ ਬਾਕੀ ਸਾਰੇ ਸਵਾਲ ਤੇ ਫਿਰ ਹੋਰ ਵੱਡਾ ਢੇਰ ਖਿਡਾਰੀਆਂ ਦਾ ਲੱਗ ਜਾਂਦਾ ਜ਼ਾਹਿਰ ਹੈ ਉਹਨਾਂ ਦਾ ਇੰਨਾ ਵੱਡਾ ਸੋਸ਼ਲ ਨੈਟਵਰਕ ਵੀ ਹੋਏਗਾ ਉਹ ਇਨੇ 엘ੀਟ ਸਿਆਸਦਾਨਾਂ ਨੂੰ ਵੀ ਜਾਣਦੇ ਹੋਣਗੇ ਬਹੁਤ ਸਾਰੇ ਪਿੰਡਾਂ ਦੇ ਚੌਧਰੀ ਉਹਨਾਂ ਨੂੰ ਜਾਣਦੇ ਹੋਣਗੇ ਇਸ ਤੋਂ ਬਾਅਦ ਵੀ ਇਹ ਇੰਨਾ ਕੋ ਪ੍ਰੈਸ਼ਰ ਕਿਉਂ ਨਹੀਂ ਲੈ ਆ ਪਾਏ ਕਿ ਜ਼ਾਹਿਰਾ ਤੌਰ ਦੇ ਉੱਤੇ ਕੁਝ ਲੜਕੀਆਂ ਦੇ ਨਾਲ ਇੰਨਾ ਮਾੜਾ ਇੱਕ ਵਿਅਕਤੀ ਪਾਰਟਿਕੂਲਰ ਵਿਅਕਤੀ ਕਰ ਰਿਹਾ ਹੈ ਤਾਂ ਸਰਕਾਰ ਛੱਟ ਤੇ ਉਹਦੀ ਕੁਰਬਾਨੀ ਕਿਉਂ ਨਹੀਂ ਦੇ ਦਿੰਦੀ ਅਗਰ ਅਸੀਂ ਮੈਂ ਪਹਿਲੇ ਥੋੜਾ ਦੱਸਣਾ ਚਾਹਾਂਗਾ ਜਿਹੜਾ ਫਾਰਮੈਟ ਹੈ ਸਪੋਰਟਸ ਦਾ ਉਹ ਫਾਰਮੈਟ ਜਿਹੜਾ ਪਲੇਅਰ ਜਦੋਂ ਰਿਪਰੈਜ਼ੈਂਟ ਕਰਦਾ ਹੈ ਅਗਰ ਆਪਣੀ ਸਟੇਟ ਨੂੰ ਕਰ ਰਿਹਾ ਤਾਂ ਸਟੇਟ ਦੀ ਸਰਕਾਰ ਉਹਨੂੰ ਨਹੀਂ ਭੇਜਦੀ ਸਟੇਟ ਐਸੋਸੀਏਸ਼ਨ ਉਹਨੂੰ ਭੇਜਦੀ ਹੈ ਔਰ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਇੰਡੀਅਨ ਗਵਰਨਮੈਂਟ ਨਹੀਂ ਉਹਦੀ ਸਿਲੈਕਸ਼ਨ ਕਰ ਰਹੀ ਐਸੋਸੀਏਸ਼ਨ ਕਰ ਰਹੀ ਹੈ ਫੈਡਰੇਸ਼ਨ ਕਰ ਰਹੀ ਹੈ ਤਾਂ ਪਲੇਅਰ ਨੂੰ ਇਹ ਪਤਾ ਕਿ ਮੈਂ ਅਗਰ ਅੱਗੇ ਮੈਂ ਮੈਂ ਇੰਟਰਨੈਸ਼ਨਲ ਲੈਵਲ ਤੇ ਕਿਸੇ ਜਾਣਾ ਹੈ ਏਸ਼ੀਅਨ ਗੇਮਸ 올림픽 ਜਦੋਂ ਵੀ ਜਾਣਾ ਹੈ ਤਾਂ ਮੈਂ ਆਪਣੀ ਫੈਡਰੇਸ਼ਨ ਦੇ ਥਰੂ ਜਾਣਾ ਹੈ ਤਾਂ ਫੈਡਰੇਸ਼ਨ ਦਾ ਇੰਨਾ ਵੱਡਾ ਇੱਕ ਰੋਲ ਹੁੰਦਾ ਹੈ ਤਾਂ ਪਲੇਅਰ ਕਈ ਵਾਰੀ ਛੋਟੀ ਮੋਟੀ ਮਿਸਟੇਕਸ ਜੇਕਰ ਫੈਡਰੇਸ਼ਨ ਉਤੇ ਅਨਿਆਇ ਕਰਦੀ ਹੈ ਉਹਨੂੰ ਇਗਨੋਰ ਕਰ ਦਿੰਦਾ ਕਿ ਮੈਨੂੰ ਪਤਾ ਵੀ ਮੇਰੇ ਮੈਂ ਖੇਡਣਾ ਹੀ ਫੈਡਰੇਸ਼ਨ ਦੇ ਥਰੂ ਹੈ ਹੂੰ ਤਾਂ ਇਹ ਅਤੀ ਹੋ ਗਈ ਸੀ ਤਾਂ ਹੀ ਪਲੇਅਰ ਨੇ ਅਤ ਹੋ ਗਈ ਮੈਂ ਇਹ ਕਹਿ ਰਿਹਾ ਜਦੋਂ ਅਤ ਹੋ ਗਈ ਤਾਂ ਉਹਨਾਂ ਦੀ ਡਿਮਾਂਡ ਉਸ ਅਤ ਦੇ ਹਿਸਾਬ ਨਾਲ ਬਹੁਤ ਛੋਟੀ ਹੈ ਕਿ ਇਹ ਆਦਮੀ ਹਟਾਓ ਉਹ ਛੋਟੀ ਡਿਮਾਂਡ ਵੀ ਹਾਕਮ ਕਿਉਂ ਨਹੀਂ ਮੰਨਦਾ ਉਹ ਇਨੀ ਪੋਲਿਟਿਕਲ ਕੈਪੀਟਲ ਕਿਉਂ ਖਰਚ ਕਰਦਾ ਕਿ ਦੇਖੋ ਤੁਸੀਂ ਕਹਿੰਦੇ ਹੋ ਨਾ ਕਿ ਇਲੈਕਸ਼ਨਾਂ ਵੇਲੇ ਕੋਈ ਇਦਾਂ ਦੀ ਗੱਲ ਹੋ ਜਾਏ ਤਾਂ ਸਰਕਾਰ ਨੂੰ ਬੜਾ ਘਾਟਾ ਹੋ ਸਕਦਾ ਭਾਈ ਕਰਨਾਟਕ ਦੇ ਵਿੱਚ ਬੜੀ ਪ੍ਰੈਸਟੀਜੀਅਸ ਇਲੈਕਸ਼ਨ ਹੈ ਕਰਨਾਟਕ ਦੀਆਂ ਵੰਮਨ ਦੇਖ ਰਹੀਆਂ ਨੇ ਕਿ ਸੈਂਟਰ ਦੀ ਹਕੂਮਤ ਕੀ ਕਰ ਰਹੀ ਹੈ ਕਿਸੇ ਨੂੰ ਇਹ ਡਰ ਨਹੀਂ ਲੱਗਦਾ ਕਿ ਇਹ ਰਾਤੋਂ ਰਾਤ ਇਹ ਔਰਤਾਂ ਦੀਆਂ ਵੋਟਾਂ ਬਾਗੀ ਹੋ ਸਕਦੀਆਂ ਨੇ ਇਹ ਤਾਂ ਮਤਲਬ ਕਿਸੇ ਨੂੰ ਇਹ ਪ੍ਰਵਾਹ ਨਹੀਂ ਆ ਕੋਈ ਪੋਲੀਟੀਕਲ ਕਲਾਸ ਇਹਦੇ ਤੇ ਕੈਪੀਟਲਾਈਜ਼ ਕਿਉਂ ਨਹੀਂ ਕਰਦੀ ਕਿ ਬਾਕੀ ਪੋਲੀਟੀਕਲ ਪਾਰਟੀਆਂ ਇਹ ਤਾਂ ਸਬਕ ਸਿੱਖ ਰਹੀਆਂ ਨੇ ਕਿ ਅਸੀਂ ਜੇ ਹਕੂਮਤ ਕਰਨੀ ਹੈ ਤਾਂ ਔਰਤਾਂ ਦੀ ਇੱਕ ਕੌਨਸਟਿਟੂਐਂਸੀ ਹੈ ਇੱਕ ਸਿਸਟਰਹੁਡ ਹੈ ਇਸ ਨੂੰ ਕੌਣ ਐਡਰੈਸ ਕਰ ਰਿਹਾ I don't see a political party making that point ਤੁਸੀਂ ਜੀ ਤੁਸੀਂ ਬੋਲੋ ਮੈਨੂੰ ਲੱਗਦਾ ਕਿ ਇਹਦੇ 'ਚ ਨਾ ਇੱਕ ਚੀਜ਼ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਆ ਉਹ ਹੈਗਾ ਰਾਜਨੀਤੀ ਦਾ ਅਪਰਾਧਿਕਰਨ ਔਰ ਬਾਹੂਬਲੀਆਂ ਨਾਲ ਰਾਜਨੀਤੀ ਦਾ ਗੱਠ ਜੋੜ ਜਿਹਨੂੰ ਤੁਸੀਂ ਕਿਹਾ ਕਿ ਪੋਲਿਟੀਕਲ ਕੈਪੀਟਲ ਖਰਚ ਕਰ ਰਹੀ ਹੈ ਭਾਜਪਾ ਬ੍ਰਿਜ ਭੂਸ਼ਨ ਨੂੰ ਬਚਾਉਣ ਦੇ ਲਈ ਕਿਤੇ ਭਾਜਪਾ ਦੀ ਪੋਲਿਟੀਕਲ ਕੈਪੀਟਲ ਦੇ ਵਿੱਚ ਮੁੱਖ ਰੋਲ ਹੀ ਬ੍ਰਿਜ ਭੂਸ਼ਨ ਵਰਗੇ ਬਾਹੂਬਲੀਆਂ ਦਾ ਤਾਂ ਨਹੀਂ ਆ ਜਦੋਂ ਅਸੀਂ ਉਹਦਾ ਪੂਰਾ ਦੇਖਦੇ ਆ ਰਿਕਾਰਡ ਦੇਖਦੇ ਆ ਤਾਂ ਇਹਨਾਂ ਨੇ ਇਸ਼ਾਰਾ ਕੀਤਾ ਬਾਬਰੀ ਮਸਜਿਦ ਤੋਂ ਲੰਬੀ ਜੋੜੀ ਉਹਨਾਂ ਦੀ ਬੜੀ ਲੰਮੀ ਚੌੜੀ ਉਹਨਾਂ ਦੇ ਨਾਮ ਦੀ ਸ਼ੋਭਾ ਵਧਾਉਂਦੀ ਖ਼ੈਰਿਸਤ ਲੰਬੀ ਹੈ ਕਿਸੇ ਨੇ ਦਿਖਤਾ ਵੀ ਹੈ ਰਿਕਾਰਡ ਸਾਰਾ ਕੁਝ ਇਹਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਦੇ ਦੇ ਡੋਨਟ ਅਫੋਰਡ ਇਟ ਉਹ ਅਫੋਰਡ ਨਹੀਂ ਕਰਦੇ ਕਿਉਂਕਿ ਜਿਹੜੀ ਸਾਡੀ ਸੈਂਟਰ ਦੀ ਰਾਜਨੀਤੀ ਚੱਲ ਰਹੀ ਹੈ ਚਾਹੇ ਦਿੱਲੀ ਤੋਂ ਚੱਲ ਰਹੀ ਹੈ ਚਾਹੇ ਚੰਡੀਗੜ੍ਹ ਤੋਂ ਚੱਲ ਰਹੀ ਹੈ ਉਹਨਾਂ ਦਾ ਆਪਣਾ ਸਿੱਧਾ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਹੈ ਇਹ ਜ਼ਗੀਰਦਾਰਾਂ ਦੀ ਤਰ੍ਹਾਂ ਕੰਮ ਕਰ ਰਹੇ ਨੇ ਸਾਡੇ ਜਿਹੜੇ ਬ੍ਰਿਜ ਭੂਸ਼ਣ ਵਰਗੇ ਬੰਦੇ ਆ ਬਾਹੂ ਬਲੀ ਨੇ ਜਿਹੜੇ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਲੈਂਡਲੋਰਡਸ ਹੁੰਦੇ ਸੀ ਲੋਕਲ ਜਗ੍ਹਾ ਦੇ ਉੱਤੇ ਰਾਜੇ ਦਾ ਦਾਬਾ ਰੱਖਦੇ ਸੀ ਮੈਂਟੇਨੈਂਸ ਰੱਖਦੇ ਸੀ ਲਾਅ ਐਂਡ ਆਰਡਰ ਬਣਾਈ ਰੱਖਦੇ ਸੀ ਪੂਰੇ ਆਪਣੇ ਦਮ ਖਮ ਦੇ ਨਾਲ ਤਾਂ ਵੋਟਾਂ ਦੇ ਮਾਮਲੇ 'ਚ ਪੈਸੇ ਦੇ ਮਾਮਲੇ 'ਚ ਜਿਸ ਤਰ੍ਹਾਂ ਦਾ ਵੀ ਸਰਕਾਰੀ ਕੰਮ ਕਰਦੀ ਨੇ ਉਹ ਬਣਿਆ ਰਹਿਣਾ ਜ਼ਰੂਰੀ ਆ ਔਰ ਬ੍ਰਿਜ ਭੂਸ਼ਣ ਤਾਂ ਆਈਕਨ ਕਿਹਾ ਜਾ ਸਕਦਾ ਹਰਿਆਣਾ ਤੋਂ ਮੈਨੂੰ ਉਮੀਦ ਸੀਗਾ ਪਰ ਹਰਿਆਣੇ 'ਚ ਚੀਫ ਮਿਨਿਸਟਰ ਸਾਹਿਬ ਬਿਜ਼ੀ ਨੇ ਉਹਨਾਂ ਨੇ ਇੱਕ ਮੰਤਰੀ ਸਾਹਿਬ ਨੂੰ ਬਚਾਣਾ ਪੁਗ ਮੰਤਰੀ ਸਾਹਿਬ ਤਾਂ ਵਿਚਾਰੇ ਇਨਕਾਰ ਕਰਦੇ ਫਿਰਦੇ ਨੇ ਰੋਜ਼ ਕੇ ਮੇਰਾ ਨਾਰਕੋ ਟੈਸਟ ਨਾ ਹੋ ਜਾਵੇ ਉੱਥੇ ਵੀ ਇੱਕ ਊਮਨ ਕੋਚ ਜਿਹੜੀ ਹੈ ਉਹ ਇਸੇ ਕਿਸਮ ਦੇ ਤਸੀਹੇ ਚ ਉਲੰਘ ਰਹੀ ਹੈ ਮੈਂ ਪਲੀਜ਼ ਇਹਨੂੰ ਗੱਲ ਨੂੰ ਕੰਪਲੀਟ ਕਰਲਾਂ ਕਿ ਬਿਯੋਂਡ ਪਹਿਲੀ ਗੱਲ ਤਾਂ ਪਾਰਟੀ ਆ ਕਈ ਵਾਰ ਅਸੀਂ ਕਿਸੇ ਖਾਸ ਤਰ੍ਹਾਂ ਦੀ ਚੀਜ਼ ਚੋਂ ਸਿਨੈਰੀਓ ਚੋਂ ਇੱਕ ਪਾਰਟੀ ਨੂੰ ਕਹਿੰਦੇ ਆ ਇਹ ਬਿਯੋਂਡ ਪਾਰਟੀ ਆ ਸਾਰੇ ਸਾਰੀਆਂ ਪੋਲੀਟਿਕਲ ਪਾਰਟੀਆਂ ਸਾਡੀ ਪੰਜਾਬ ਵਾਲੀ ਸਰਕਾਰ ਵੀ ਆਪਣੇ ਮੰਤਰੀ ਸਾਹਿਬ ਨੂੰ ਪਹੁੰਚਾਉਂਦੇ ਨੇ ਬਿਯੋਂਡ ਆ ਸੈਕੂਲਰ ਹਸਮਨ ਦਾ ਕੇਸ ਤੇ ਇੱਥੇ ਵੀ ਆਇਆ ਹੋਇਆ ਹੈ ਬਿਯੋਂਡ ਪੋਲੀਟਿਕਸ ਹੈ ਹਰ ਸਰਕਾਰੀ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਬ੍ਰਿਜ ਭੂਸ਼ਣ ਵਰਗੇ ਬੰਦੇ ਤੇ ਬਾਹੂਬਲੀ ਹੈਗੇ ਨੇ ਉਹ ਬਹੁਤ ਵੋਕਲੀ ਕਹਿੰਦੇ ਨੇ ਕਿ ਅਸੀਂ ਪੋਲੀਟਿਕਲੀ ਕਨੈਕਟਡ ਆ ਤੇ ਉਹ ਹਰ ਉਸ ਬੰਦੇ ਨੂੰ ਜਿਵੇਂ ਕੁੜੀਆਂ ਆਈਆਂ ਨੇ ਆਪਣੀ ਮਿਹਨਤ ਦੇ ਦਮ ਤੇ ਤੁਸੀਂ ਸੰਸਥਾਵਾਂ ਨੂੰ ਦੇਖੋ ਅਸੀਂ ਸਾਰੇ ਸੰਸਥਾਵਾਂ ਦੇ ਵਿੱਚ ਵਿੱਚ ਰਹੇ ਹਾਂ ਪੋਲਿਟਿਕਸ ਐਨਾ ਵੱਡਾ ਰੋਲ ਪਲੇ ਕਰ ਰਹੀ ਹੈ ਹਰ ਸੰਸਥਾ ਦੇ ਵਿੱਚ ਨਾ ਕੇਵਲ ਪ੍ਰਾਈਵੇਟ ਬਲਕਿ ਸਰਕਾਰੀ ਨਾ ਕੇਵਲ ਜੋ ਆਰਥਿਕਤਾ ਨਾਲ ਜੁੜੀਆਂ ਹੋਈਆਂ ਨੇ ਮੀਡੀਆ ਨਾਲ ਜੁੜੀਆਂ ਹੋਈਆਂ ਨੇ ਇੱਥੋਂ ਤੱਕ ਕਿ ਸਿੱਖਿਆ ਨਾਲ ਜੁੜੀਆਂ ਸੰਸਥਾਵਾਂ ਦੇ ਵਿੱਚ ਇਹੋ ਜਿਹੇ ਬਾਹੂਬਲੀ ਆ ਚੁੱਕੇ ਨੇ ਤੇ ਉਹ ਪੂਰਾ ਆਪਣਾ ਦਾਬਾ ਰੱਖਦੇ ਔਰ ਉਹਨਾਂ ਨੂੰ ਨਿਯੰਤਰਿਤ ਤੇ ਇੱਕ ਖਾਸ ਤਰੀਕੇ ਨਾਲ ਪੈਟਰਨਾਈਜ਼ ਕਰਦੇ ਆ ਪੋਲਿਟিক্যাল ਆਈਡੀਓਲੋਜੀ ਲਈ ਤਾਂ ਸਾਨੂੰ ਇਸ ਪੂਰੇ ਨੈਕਸਸ ਨੂੰ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦੇਖਣ ਦੀ ਲੋੜ ਹੈ ਬ੍ਰਿਜ ਪੁਸ਼ਣ ਤਾਂ ਇੱਕ ਚਿਹਰਾ ਹੈ ਸਾਡੇ ਨੇੜੇ ਤੇੜੇ ਬਹੁਤ ਸਾਰੇ ਬ੍ਰਿਜ ਪੁਸ਼ੇ ਨੇ ਜਿਹੜਾ ਡਿਬੇਟ ਹੁਣ ਹੋ ਵੀ ਰਿਹਾ ਹੈ ਵੀ ਉੱਥੇ ਕੋਈ ਪਹਿਲਵਾਨ ਕੁੜੀਆਂ ਬੈਠੀਆਂ ਨਹੀਂ ਤੇ ਉਹ ਡਿਮਾਂਡ ਕਰ ਰਹੀ ਇਹਨੇ ਦਰਅਸਲ ਇਹ ਡਿਬੇਟ ਵੀ ਰੈਸਲਰਸ ਤੱਕ ਤੇ ਖਿਡਾਰੀਆਂ ਤੱਕ ਤੇ ਉਹਨਾਂ ਦੀ ਸੈਕਸ਼ੂਅਲ ਹਰਾਸਮੈਂਟ ਤੱਕ ਲਿਮਟ ਹੋ ਰਿਹਾ ਹੈ ਹੋਰ ਨਹੀਂ ਕਰਨਾ ਚਾਹੀਦਾ ਹੈ ਨਹੀਂ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਖਿਆ ਸੰਸਥਾਵਾਂ ਤੱਕ ਯੂਨੀਵਰਸਿਟੀਆਂ ਤੱਕ ਸਾਡੇ ਦਫ਼ਤਰਾਂ 'ਚ ਕੰਮ ਕਰਦੀਆਂ ਮਹਿਲਾਵਾਂ ਦਾ ਸਹਾਰਾ ਤੱਕ ਜਿਹੜੇ ਅਗੇ ਨਾਲ ਪੋਲਿਟੀਕਲ ਕੰਟੈਕਟ ਹੁੰਦੇ ਨੇ ਸੋ ਮੈਨੂੰ ਲੱਗਦਾ ਵੀ ਹਰ ਵਿਅਕਤੀ ਜਿਹੜਾ ਆਦਮੀ ਹੁੰਦਾ ਨਾ ਦਾ ਮੇਲ ਆ ਤਾਂ ਫਿਰ ਉਹਨਾਂ ਦੀ ਆਪਣੀ ਪੋਲਿਟਿਕਸ ਹੈ ਨਾ ਇੱਕ ਕਮੇਟੀ ਆਫ ਮੈਲਜ਼ ਵੀ ਤਾਂ ਸੋਸਾਇਟੀ ਦੇ ਵਿੱਚ ਬਣੀ ਹੋਈ ਹੈ ਇੱਕ ਗੱਲ ਬੜੀ ਕਲੀਅਰ ਹੋ ਰਹੀ ਹੈ ਇਹ ਸਾਰਿਆਂ ਨੂੰ ਸਟੱਡੀ ਕਰਦੇ ਆ ਜਿਸ ਤਰੀਕੇ ਨਾਲ ਦਿੱਲੀ ਪੁਲਿਸ ਨੇ ਪਹਿਲਾਂ ਰਜਿਸਟਰ ਕੀਤਾ ਤੇ ਫਿਰ ਤੁਸੀਂ ਕਹ ਰਹੇ ਹੋ ਐਫ ਆਈ ਆਰ ਲਾਂਚ ਕਰਦੇ ਵਨ ਇਸ ਵਨ ਥਿੰਗ ਵੈਰੀ ਕਲੀਅਰ ਕਿ ਸਟੇਟ ਤੇ ਉਹਦੀਆਂ ਏਜੰਸੀਜ਼ బిਗੇਸਟ ਵਾਇਓਲੇਟਰਸ ਨੇ ਲਾਦੀਆਂ ਪਾਰਟਿਕੁਲਰਲੀ ਜਦੋਂ ਯੂ نو ਇਹ ਇਸ ਤਰ੍ਹਾਂ ਦੇ ਐਕਸ਼ਨ ਸਾਹਮਣੇ ਆਉਂਦੇ ਨੇ ਸੈਕਸ਼ੂਅਲ ਹਰਾਸਮੈਂਟ ਆਫ ਔਮਨ ਇਹਦੀ ਸਭ ਤੋਂ ਵੱਡੀ ਜਦੋਂ ਸਟੇਟ ਹੁੰਦੀ ਹੈ ਮਤਲਬ ਜਿਹੜਾ ਆਬਸਟੈਕਲ ਹੈ ਜਿਹੜੀ ਰੁਕਾਵਟ ਹੈ ਇਨਸਾਫ ਦੀ ਪ੍ਰਾਪਤੀ ਲਈ ਉਹਨੂੰ ਇੰਨਾ ਵੱਡਾ ਕਰ ਦਿੱਤਾ ਜਾਂਦਾ ਤੁਸੀਂ ਐਫ ਆਈ ਆਰ ਲਾਜ ਕਰਵਾਉਣ ਲਈ ਇਸ ਲੈਵਲ ਦੀ ਸਟਰਗਲ ਲੜਨੀ ਪੈਂਦੀ ਹੈ ਤਾਂ ਫਿਰ ਕੌਣ ਅਗਲੀ ਵਾਰੀ ਐਫ ਆਈ ਆਰ ਕਰੇਗਾ ਫਿਰ ਉਸ ਤੋਂ ਬਾਅਦ ਇਹਨੂੰ ਕੌਣ ਪਰਸਿਊ ਕਰੇਗਾ ਸੌਰਵ ਨੇ ਕਿਹਾ ਕਿ ਜਦੋਂ ਜਨਵਰੀ ਚ ਐਫ ਆਈ ਆਰ ਨਹੀਂ ਸੀ ਹੋਈ ਤਾਂ ਕਿਹੜੀ ਪੋਲਿਟੀਕਲ ਪਾਰਟੀ ਕੌਣ ਕਿਹਦਾ ਉਸ ਸਟੇਕ ਹোল্ডার ਸੀ ਜਿਹੜਾ ਪਰਸਿਊ ਕਰ ਰਿਹਾ ਸੀਗਾ ਸੋ ਵਾਟ ਇਜ਼ ਦਾ ਲੈਸਨ ਥੈਟ ਪੀਪਲ ਵਿਲ ਟੇਕ ਹੋਮ सर जैसे आपने बात करी कि ये तब बड़ा मसला है तो सबसे पहले हम इनकी जो सरकार है वो कुर्बानी क्यों नहीं दे दे रही है अभी भी वो अड़ी क्यों हुई है ब्रजभूषण सिंह को लेकर के और इससे क्या लेसन जाता है तो ये मुझे नहीं लगता कि कोई बहुत सवाल का विषय है उनकी नीति और नीयत ही है ये है और वो पहली बार तो नहीं है कि किसी ब्रिजभूषण जैसे आदमी को बचा रहे हैं, चाहे के मामले प्ली डाल रही है उनको करने की, हुँ। को। हुँ। और फिर उसके बाद यहाँ तक कि हमारा लखीमपुर खेरी का जो इंसिडेंट था वो सेक्शुअल हरासमेंट या रेप का नहीं था पर सरे आम आप स्कॉर्पियो चढ़ा के गुजर जा रहे किसानों अपनी गड्डी हो

స్పత్రాబా <imitra> 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 ये उनकी नीयत है ये उनकी नीति है इस वजह से ब्रजभूषण सिंह अभी भी वहीं पे उसी पद पे है और आप कर्नाटका इलेक्शन की बात कर रहे थे कि इलेक्शन में किस तरीके से फ़र्क नहीं डाल रहा तो इलेक्शन में अभी नरेंद्र मोदी बात किस बारे में करें कैंपेन में सबसे ज़्यादा बात बजरंग दल के बारे में हो रही है कि एक पार्टी कह देती है हम बजरंग दल को बैन कर देंगे बजरंग दल को बैन करना वो बजरंग बली की तोहन समझ के नरेंद्र मोदी जाके नारे लगा रहे हैं बजरंग बली की जय और बजरंग पुनिया जो इतने दिन से प्रोटेस्ट कर रहे हैं वो है। अगर इस इस लॉजिक से ऑपरेट कर रहे कि बजरंग दल की तोहहीन मतलब बजरंग बली की तोहहीन तो बजरंग पुनिया की तोहिन जो मेडलिस्ट है जो इत, हमारे तो मतलब देश के लिए प्राइड ब्रे, लेकर बजरंग बली की कोई मूर्ति ला दें तो पूजनीय ना हो जाए रातों रात मैं तो यही भी डाल वहां पे आपको तो वो सेंटीमेंट पे तो उनको फर्क ही नहीं पड़ता औरतों से उनको फर्क नहीं, 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 नहीं पड़ता लेकिन लोगों के यार नहीं का कि कर्नाटक की या औरतों को ये सुनाई नहीं दे रहा होगा ये दिखाई नहीं दे रहा होगा कि वो लड़कियों नाल की वापर रहा है ते वो की कह रही जाने हाउ इज दैट पॉसिबल एक्चुअली सर जेडी सेंट्रल लीडरशिप है वो ये चांदी है कि जेड़ा ये मुद्दा रेसलर्स दा हम्म ये पॉलिटिकल बने इट हैज़ टू बी बीजेपी वर्सेस अदर ओके यस दैट्स इफ अगर ये नैरेटिव लोगों को चला जाएगा हां ਤਾਂ ਜਿਹਨੇ ਸੈਕਸ਼ੂਅਲ ਹਰਾਸਮੈਂਟ ਵਿੱਚੋਂ ਨਿਕਲ ਜਾਏ ਫਿਰ ਜਿਹਨੇ ਬੀਜੇਪੀ ਨੂੰ ਵੋਟ ਦਾਨੀ ਉਹਨੇ ਬੀਜੇਪੀ ਨੂੰ ਦਾਨੀ ਹੈ ਜਿਹਨੇ ਨਹੀਂ ਪਾਣੀ ਤਾਂ ਮੋਦੀ ਜੀ ਕੋ ਬਦਨਾਮ ਕਰਨੇ ਕੇ ਲਈ ਇਹ ਐਮਐਲਏ ਐਸਾ ਸ਼ੋਰ ਤਾਂ ਉਹਦੇ ਉਹਦੇ ਫਿਰ ਬੰਦਾ ਕਹਿੰਦਾ ਮੇਰਾ ਵੋਟ ਸ਼ੇਅਰ ਤਾਂ ਖਰਾਬ ਨਹੀਂ ਹੋਇਆ ਇਸ ਇਹਨੂੰ ਲਾਰਜਲੀ ਬਣਾਓ ਕਿ ਜਿੰਨਾ ਜ਼ਿਆਦਾ ਕਰ ਸਕਦੇ ਹੋ ਇਹਨੂੰ ਵੀ ਜਿਹੜਾ ਸੈਂਟਰ ਲੀਡਰਸ਼ਿਪ ਹੈ ਜਿਹੜੀ ਐਸਟੈਬਲਿਸ਼ਮੈਂਟ ਹੈ ਉਹ ਇੱਕ ਪਾਸੇ ਕਰ ਦਿਓ ਔਰ ਸਾਰੀ ਆਪੋਜੀਸ਼ਨ ਨੂੰ ਇਕੱਠੇ ਕਰ ਦਿਓ ਕਿ ਲੋਕ ਇਸ ਨਰੇਸ਼ਨ ਨੂੰ ਵੀ ਇਹ ਦੇਖਣ ਕਿ ਇਹ ਇਲੈਕਸ਼ਨ ਹੋ ਰਿਹਾ ਹੈ ਜਿਹੜਾ ਪਾਰਲੀਮੈਂਟਰੀ ਇਲੈਕਸ਼ਨ ਹੈ ਕਿ ਇੱਕ ਸਟਾਪਿੰਗ ਫਾਰ ਦਾ ਬ੍ਰੇਕ ਬਟ ਇਟ ਟੇਕਸ ਅ ਜਰਨਲਿਸਟ ਟੂ ਸੀ ਦਾ ਪੋਲਿਟਿਕਸ ਕਿ ਕਿਸ ਤਰੀਕੇ ਨਾਲ ਇੱਕ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਇੱਕ ਬੀਜੇਪੀ ਵਰਸਸ ਅਦਰਸ ਦਾ ਕੇਸ ਬਣ ਜਾਂਦਾ ਤੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਜੇ ਇਹ ਨੈਰੇਟਿਵ ਬਣ ਗਿਆ ਫਿਰ ਸਾਕਸ਼ੀ ਮਲਿਕ ਨਹੀਂ ਮੈਟਰ ਕਰੇਗੀ ਬ੍ਰਿਜ ਪੂਸ਼ਨ ਦੀਆਂ ਇਹ ਡਿਟੇਲਸ ਨਹੀਂ ਮੈਟਰ ਕਰਨਗੀਆਂ ਕਿ ਕਿਸ ਕੁੜੀ ਨੂੰ ਕਿਹੜੇ ਕਮਰੇ ਵਿੱਚ ਬੁਲਾ ਕੇ ਆਪਣੇ ਘਰ ਦੇ ਕਿਹੜੇ ਹਿੱਸੇ ਵਿੱਚ ਉਸ ਨਾਲ ਕੀ ਕਰ ਰਹੇ ਸਨ ਜਿਹੜੀ ਕੱਲੀ ਕੱਲੀ ਗੱਲ ਲਿਖੀ ਹੈ ਇਹ ਮੈਟਰ ਨਹੀਂ ਕਰੇਗੀ ਇਹ ਮੈਟਰ ਕਰੇਗਾ ਕਿ ਤੁਸੀਂ ਇਸ ਪਾਰਟੀ ਨੂੰ ਬਦਨਾਮ ਕਰ ਰਹੇ ਹੋ ਸਾਡੇ ਦੇਸ਼ ਨੂੰ ਤਾਂ ਹਰਮਨ ਪਿਆਰੇ ਪ੍ਰਧਾਨ ਮੰਤਰੀ ਨੂੰ ਤੁਸੀਂ ਜ਼ਲੀਲ ਕਰ ਰਹੇ ਹੋ ਤਾਂ ਫਿਰ ਤੁਹਾਨੂੰ ਮਜ਼ਾ ਚਖਾਉਣਾ ਚਾਹੀਦਾ ਹੈ ਕਿ ਸੱਚਮੁੱਚ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਤੇ ਜਦੋਂ ਦੂਸਰਿਆਂ ਨਾਲ ਹੁੰਦਾ ਹੈ ਦੂਸਰੇ ਦੇਸ਼ਾਂ ਵਿੱਚ ਹੁੰਦਾ ਉਸ ਵੇਲੇ ਕਿਸ ਕਿਸਮ ਦੇ ਨਾਲ ਉੱਥੋਂ ਦੇ ਲੋਕ ਰਿਐਕਟ ਕਰਦੇ ਨੇ ਇਹਦੇ ਬਾਰੇ ਕੁਝ ਗੱਲ ਕਰਾਂਗੇ ਆਫਟਰ ਥਿਸ ਬ੍ਰੇਕ ਬ੍ਰਿਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਚਰਚਾ ਕਰ ਰਹੇ ਹਾਂ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਬ੍ਰਿਜ ਪੁਸ਼ਨ ਸਰਨ ਸਿੰਘ ਜੀ ਬਾਰੇ ਜਿਨ੍ਹਾਂ ਦੇ ਕਾਰਨਾਮਿਆਂ ਦੀ ਇੱਕ ਲੰਬੀ ਚੌੜੀ ਫੈਰਿਸ ਦੇਸ਼ ਦੀ ਨਮਾਇਆ ਪਲੇਟਫਾਰਮ ਜੰਤਰ ਮੰਤਰ ਤੋਂ ਸਾਡੀਆਂ ਵੱਡੀਆਂ ਖਿਡਾਰਨਾ ਪੜ ਕੇ ਸੁਨਾਰੀਆਂ ਨੇ ਸੜਨ ਚਰਚਾ ਵਿੱਚ ਸ਼ਾਮਲ ਨੇ ਸੌਰਵ ਦੁੱਗਲ ਜੀ ਸੀਨੀਅਰ ਪੱਤਰਕਾਰ ਨੇ ਸਰਬਜੀਤ ਜੀ ਅਕੈਡੈਮਿਕ ਨੇ ਤੇ ਸੋਮਿਆ ਜੀ ਵਕੀਲ ਨੇ ਸੌਰਵ ਜਦੋਂ ਇਹ ਸਾਰਾ ਘਟਨਾਕਰਮ ਸ਼ੁਰੂ ਹੋਇਆ ਸੀ ਸ਼ੁਰੂ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਪੋਰਟ ਨਾ ਆਂਦੀ ਦੇਖ ਕੇ ਇੱਕ ਤਾਨਾ ਜ਼ਰੂਰ ਇਨਾ ਮਹਿਲਾਵਾਂ ਨੇ ਦਿੱਤਾ ਸੀ ਮੈਨੂੰ ਯਾਦ ਹੈ ਜਿਸ ਵੇਲੇ ਸ਼ਾਇਦ ਵਿਨੇਸ਼ ਫੋਗਟ ਹੋਰਾਂ ਨੇ ਟਵੀਟ ਕੀਤਾ ਸੀ ਕਿ ਜਿਹੜੇ ਸਾਡੇ ਸਪੋਰਟਸ ਪਰਸਨ ਨੇ ক্রিকেট ਨੂੰ ਇੰਨਾ ਪਿਆਰ ਕਰਦੇ ਨੇ ক্রিকেট ਵਾਲੇ ਇੰਨੇ ਵੱਡੇ ਸਟਾਰ ਨੇ ਇਹਨਾਂ ਦੀ ਜ਼ੁਬਾਨ ਨੂੰ ਲਕਵਾ ਕਿਉਂ ਮਰ ਜਾਂਦਾ ਕਿਉਂ ਚੁੱਪ ਹੋ ਜਾਂਦੇ ਨੇ ਜਦੋਂ ਮਹਿਲਾਵਾਂ ਇਸ ਤਰੀਕੇ ਨਾਲ ਲੜ ਰਹੀਆਂ ਹੋਣ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸਾਹਮਣੇ ਆਏ ਇਮੀਡੀਏਟਲੀ ਮੈਂ ਆਈਸ਼ਾ ਅਭਿਨਵ ਬਿੰਦਰਾ ਨੀਰਜ ਚੋਪੜਾ ਹਰਭਜਨ ਸਿੰਘ ਨਵਜੋਤ ਸਿੱਧੂ ਆਲਸੋ ਕਪਿਲ ਦੇਵ ਲੋਟ ਆਫ ਪੀਪਲ ਸਾਨੀਆ ਮਿਰਜ਼ਾ ਰਣੀ ਰਾਮਪਾਲ ਜਿਹੜੇ ਆ ਕੇ ਬੋਲੇ ਨੇ ਅ ਇਹ ਜਿਹੜਾ ਉਸ ਵੇਲੇ ਉਹਨਾਂ ਨੇ ਜਦੋਂ ਪੁੱਛਦੇ ਨੇ ਉਹ ਕਿ ਅਭੀ ਕੀ ਹੋ ਗਿਆ ਪਹਿਲੀ ਗੱਲ ਤੇ ਇਹ ਸਵਾਲ ਹਮੇਸ਼ਾ ਹਵਾ ਵਿੱਚ ਰਹਿਣਾ ਚਾਹੀਦਾ ਹੈ ਅ ਸਾਨੂੰ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਪਰਪੈਟਰੇਟਰ ਨਹੀਂ ਹੋ ਤੁਸੀਂ ਇਹ ਜ਼ੁਲਮ ਕਰਨ ਵਾਲੇ ਨਹੀਂ ਹੋ ਤੁਸੀਂ ਕੇਵਲ ਚੁੱਪ ਬੈਠਣ ਵਾਲੇ ਹੋ ਤਾਂ ਤੁਸੀਂ ਪਰਪੈਟਰੇਟਰ ਦੇ ਨਾਲ ਦੇਖੇ ਜਾਓਗੇ ਤੁਸੀਂ ਜ਼ੁਲਮ ਕਰਨ ਵਾਲੇ ਦੇ ਨਾਲ ਦੇਖੇ ਜਾਓਗੇ ਬੋਲਣਾ ਬਹੁਤ ਜ਼ਰੂਰੀ ਹੈ ਅ ਮੈਂ ਜਦੋਂ ਦੂਸਰੇ ਦੇਸ਼ਾਂ ਵਿੱਚ ਦੇਖਦਾ ਹਾਂ ਉਹਨਾਂ ਨੇ ਸ਼ਾਇਦ ਐਗਜ਼ਾਮਪਲ ਦਿੱਤੀ ਸੀ ਬਲੈਕ ਲਾਈਜ਼ ਮੈਟਰ ਦੀ ਕਿ ਅਮਰੀਕਾ ਦੇ ਵਿੱਚ ਜਿਸ ਵੇਲੇ ਜੋਰਜ ਫਲੌਇਡ ਦੇ ਪੁਲਸੀਆ ਕਤਲ ਤੋਂ ਬਾਅਦ ਜਿਸ ਤਰੀਕੇ ਨਾਲ ਇੱਕ ਮੁਹਾਜ਼ ਖੜਾ ਹੋ ਗਿਆ ਪੂਰੇ ਅਮਰੀਕਾ ਦੇ ਵਿੱਚ ਉਸ ਤਰੀਕੇ ਨਾਲ ਸਾਡੇ ਇੱਥੇ ਮੁਹਾਜ਼ ਕਿਉਂ ਨਹੀਂ ਖੜਾ ਹੁੰਦਾ ਕਾਨੂੰਲ ਜਾਪਦਾ ਹੈ ਕਿ ਸਪੋਰਟਸ ਪੀਪਲ ਆਪਣੀਆਂ ਮਜਬੂਰੀਆਂ ਕਰਨ ਨਹੀਂ ਬੋਲ ਪਾਉਂਦੇ ਤਾਂ ਦੂਸਰੇ ਫੀਲਡ ਦੇ ਲੋਕ ਕਿਉਂ ਨਹੀਂ ਬੋਲਦੇ ਸਾਡੇ ਬੁੱਧੀਜੀਵੀ ਉਸ ਤਰੀਕੇ ਨਾਲ ਪਹਿਲਾਂ ਕਿਉਂ ਨਹੀਂ ਸਨ ਬੋਲੇ ਇਹ ਹੁਣੇ ਹੀ ਜੰਤਰ ਮੰਤਰ ਜਾ ਕੇ ਫੋਟੋ ਆਪ ਕਿਉਂ ਬਣਦਾ ਵਾਈ ਡੋਨਟ ਬੀ ਸਪੀਕ ਅਪ ਐਜ਼ ਆ ਪੀਪਲ ਇੱਕ ਇੱਕ ਵਿਆਕੁਲਤਾ ਇੱਕ ਕੋਲੂ ਕੋਤੂਲ ਜਿਆ ਕਿਉਂ ਨਹੀਂ ਮਚ ਜਾਂਦਾ ਸਾਰੇ ਸਮਾਜ ਦੇ ਵਿੱਚ ਤਾਂ ਦੇਖੋ ਜਿਹੜੀ ਸਰਕਾਰ ਹੈ ਉਹ ਬਹੁਤ ਇੱਕ ਪਾਵਰਫੁਲ ਚੀਜ਼ ਹੈ ਤਾਂ ਜਿਹੜੀ ਕਰੰਟ ਸੈਂਟਰ ਲੀਡਰਸ਼ਿਪ ਹੈ ਉਹ बार-बार ਦਿਖਾਉਂਦੀ ਹੈ ਵੀ ਅਸੀਂ ਤੁਹਾਡੀ ਲਾਈਫs ਵੀ ਇੰਟਰਫੇਅਰ ਕਰ ਰਹੇ ਹਾਂ ਤੁਹਾਡੀ ਲਾਈਫ ਨੂੰ ਬੈਟਰ ਵੀ ਬਣਾ ਸਕਦੇ ਹਾਂ ਤਾਂ ਖਰਾਬ ਵੀ ਕਰ ਸਕਦੇ ਆ ਤਾਂ ਜਿਹੜੇ ਜਿਹੜੇ ਪਲੇਅਰ ਹੈ ਉਹ ਵੀ ਸੋਸਾਇਟੀ ਦਾ ਹਿੱਸਾ ਹੀ ਹੈ ਹੁਣ ਕ੍ਰਿਕਟਰਸ ਹੈਗੇ ਤਾਂ ਕ੍ਰਿਕਟਰਸ ਨੂੰ ਕਈ ਵਾਰੀ ਵੀ ਫਿਰ ਜਾਂ ਅਗਰ ਕੋਈ ਅਗਰ ਅਸੀਂ ਸਪੈਸੀਫਿਕ ਪਲੇਅਰ ਦੀ ਗੱਲ ਕਰੀਏ ਜਾਂ ਸਪੈਸੀਫਿਕ ਕੋਈ profession ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਇਹ ਵਰਤ ਹੈਗਾ ਕਿ ਸਰਕਾਰ ਦੇ ਅਗੇਂਸਟ ਜਾਈਏ ਜਾਂ ਨਾ ਜਾਈਏ ਤਾਂ ਜਦੋਂ ਇਸ ਤਰ੍ਹਾਂ ਦੀ ਸੋਚ ਆਂਦੀ ਹੈ ਔਰ ਜਿਹੜਾ ਇੱਕ ਪਲੇਅਰ ਹੈ ਉਹ ਪਲੇਅਰ ਨੂੰ ਇਹ ਹੁੰਦਾ ਕਿ ਮੈਨੂੰ ਸਪੋਰਟ ਮਿਲੇਗੀ ਕਿ ਜਦੋਂ ਕੋਈ ਵੀ ਪਲੇਅਰ ਔਰ ਖਾਸ ਕਰ ਆਪਣੀ ਫੈਡਰੇਸ਼ਨ ਦੇ ਅਗੇਂਸਟ ਜਾਂਦਾ ਹੈ ਤਾਂ ਉਹ ਉਹਦੀ ਬਹੁਤ ਵੱਡੀ ਹਿੰਮਤ ਹੁੰਦੀ ਹੈ ਮੈਨੂੰ ਇਹ ਦੱਸੋ ਜਿਸ ਵੇਲੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਵਰਲਡ ਕੱਪ ਦੇ ਵਿੱਚ ਜਾ ਕੇ ਯੂ ਟੇਕ ਆ ਨੀ ਐਂਡ ਯੂ ਰੇਜ਼ ਆ ਫਿਸਟ ਤੁਸੀਂ ਮੁੱਕੀ ਵਟ ਕੇ ਖੜੇ ਹੋ ਜਾਂਦੇ ਹੋ ਤੁਸੀਂ ਆਪਣੇ ਦੇਸ਼ ਦਾ ਰਾਸ਼ਟਰੀ ਗਾਣ ਗਾਣ ਤੋਂ ਮਨਾ ਕਰ ਦਿੰਦੇ ਹੋ ਕੀ ਨਾਮ ਸੀ ਉਹਦਾ ਕੋਪਰਨਿਕਟਾ ਆਈ ਮੀਨ ਉਹਦਾ ਕੈਰੀਅਰ ਤਬਾਹ ਹੋ ਗਿਆ ਲੋਕ ਫਾਂਸੀਆਂ ਤੇ ਚੜੇ ਨੇ ਇਹਦੇ ਲਈ ਉਹ ਵੀ ਤਾਂ ਕਰਦੇ ਨੇ ਸਾਡੇ ਕੋਈ ਸਾਡੇ ਜਿਹੜੇ ਸਟਾਰ ਨੇ ਇਸ ਤਰੀਕੇ ਨਾਲ ਨਿਕਲ ਕੇ ਬਾਹਰ ਕਿਉਂ ਨਹੀਂ ਆਉਂਦੇ ਦੂਸਰ ਇੱਕ ਤਾਂ ਜਿਹੜੀ ਸਾਡੀ ਸੁਸਾਇਟੀ ਦਾ ਇੱਕ ਜਿਹੜੀ ਸਭ ਤੋਂ ਮਾੜੀ ਗੱਲ ਹੈ ਕਿ ਰਹਿਣ ਦੋ ਇਹ ਤਾਂ ਚੱਲਦਾ ਹੀ ਹੈ ਇਹ ਚੀਜ਼ ਸਭ ਤੋਂ ਖਰਾਬ ਹੈ ਕਿਉਂਕਿ ਅੱਜ ਜੇਕਰ ਇੱਕ ਪਲੇਅਰ ਲੜ ਰਿਹਾ ਹੈ ਤੁਸੀਂ ਜੇਕਰ ਉਹਦੇ ਨਾਲ ਨਹੀਂ ਲੜ ਸਕਦੇ ਤਾਂ ਜਿਸ ਤਰੀਕੇ ਨਾਲ ਉਹਨੂੰ ਸਪੋਰਟ ਕਰ ਸਕਦੇ ਹੋ ਉਹ ਤਾਂ ਕਰੋ ਹੁਣ ਜ਼ਿਆਦਾਤਰ ਜਿਹੜੇ ਪਲੇਅਰਜ਼ ਐ ਐਗਜ਼ੈਪਲਸ ਪਈਆਂ ਨੇ ਕਿਸ ਤਰੀਕੇ ਨਾਲ ਸਪੋਰਟ ਕਰਦੇ ਆਂ ਸੌਰੀ ਕਹਾ ਤਾ ਉਹ ਇਹਨੇ ਵੱਡੇ ਇਨਫਲੂਐਂਸਰਜ਼ ਐ ਘੱਟ ਤੋਂ ਘੱਟ ਉਸ ਚੀਜ਼ ਨੂੰ ਜ਼ਿੰਦਾਦਾਰ ਰੱਖ ਸਕਦੇ ਐ ਉਹਨਾਂ ਦੀ ਆਵਾਜ਼ ਨੂੰ ਨਹੀਂ ਕੀਤਾ ਉਹਨਾਂ ਨੇ ਤਾਂ ਉਹ ਹੀ ਮਾੜੀ ਗੱਲ ਐ ਸਰ ਜੀ ਤੇ ਮੇਰੇ ਕੋਲ ਐਗਜ਼ੈਪਲਸ ਪਈਆਂ ਨੇ ਈਰਾਨ ਦੇ ਵਿੱਚ ਤੁਹਾਨੂੰ ਯਾਦ ਐ ਕੀ ਨਾਮ ਸੀ ਉਹਦਾ ਮਹਾਸਾ ਐਮਿਨੀ ਉਸ ਔਰਤ ਨੂੰ ਉਹਨਾਂ ਨੇ ਇਸ ਕਰਕੇ ਅਰੈਸਟ ਕਰ ਲਿਆ ਕਿ ਜੀ ਇਹ ਫਲਾਣੀ ਜਗ੍ਹਾ ਦੇ ਉੱਤੇ ਦਾ ਹੈਡਸਕਾਫ ਠੀਕ ਤਰੀਕੇ ਨਾਲ ਨਹੀਂ ਸੀ ਪਾਇਆ ਹੋਇਆ ਇਹਨੇ ਆਪਣੇ ਵਾਲ ਨਹੀਂ ਸੀ ਠੀਕ ਤਰੀਕੇ ਨਾਲ ਟਕੇ ਹੋਏ ਤੇ ਉਸ ਨੂੰ ਫੜਿਆ ਗਿਆ ਉਸ ਨੂੰ ਰਾਤੋਂ ਰਾਤ ਹੀ ਟੌਰਚਰ ਕਰ ਦਿੱਤਾ ਗਿਆ ਰਾਤ ਨੂੰ ਹੀ ਉਹ ਮਰ ਗਈ ਭਰਾ ਉਹ ਦਾ ਉਹਦੇ ਨਾਲ ਸੀਗਾ ਇੱਕ ਮੂਵਮੈਂਟ ਉੱਠੀ ਇੱਕ ਤੂਫਾਨ ਉੱਠਿਆ ਔਰ ਐਨੇ ਵੱਡੇ ਵੱਡੇ ਪਲੇਅਰਸ ਨੇ ਇਰਾਨੀਅਨਸ ਨੇ ਬੇहद ਪ੍ਰੋਟੈਸਟ ਕੀਤੇ ਨੇ ਮੈਂ ਉਹਨਾਂ ਪਲੇਅਰਸ ਦਾ ਪੜ੍ਹ ਰਹੀ ਸੀ 22 ਸਾਲਾਂ ਦੀ ਉਹ ਕੁੜੀ ਸੀ ਤੇ ਉਹਨਾਂ ਨੇ ਇੱਕ ਮੋਰੈਲਿਟੀ ਪੁਲਿਸ ਉੱਥੇ ਬਣਾ ਰੱਖੀ ਸੀ ਕੀ ਆਪਾਂ ਮੋਰੈਲਿਟੀ ਪੁਲਿਸ ਨੂੰ ਕਹਾਂਗੇ ਇਹ ਜਿਹੜੇ ਸਾਡਾ ਕੈਰੈਕਟਰ ਨਾਪਣ ਲਈ ਉਹਨਾਂ ਨੇ ਪੁਲਿਸ ਰੱਖੀ ਆ ਵੀ ਤੁਹਾਡੇ ਵਾਲ ਕਿੰਨੇ ਦਿਸਦੇ ਨੇ ਤੁਹਾਡੀ ਸਕਰਟ ਦੀ ਲੈਂਥ ਕੀ ਆ ਤੁਸੀਂ ਸਲੀਵਲੈਸ ਪਾਇਆ ਕਿ ਸਲੀਵ ਵਾਲਾ ਪਾਇਆ ਤੁਸੀਂ ਸਕੂਟਰ ਤੇ ਕਿਸ ਤਰ੍ਹਾਂ ਬੈਠਦੀ ਆਂ ਕਿਸੇ ਮੁੰਡੇ ਦੇ ਨਾਲ ਬਾਂਚ ਬਾਂ ਪਾ ਕੇ ਜਾ ਰਹੀ ਆਂ ਬਾਜ਼ਾਰ 'ਚ ਦਿਖਾਈ ਦੇ ਰਹੀ ਆਂ ਸਾਡੀ ਵੀ ਤਾਂ ਮੋਰੈਲਿਟੀ ਪੁਲਿਸ ਸਾਡੇ ਤੇ ਪੂਰਾ ਸਮਾਜ ਹੀ ਠੇਕੇਦਾਰ ਲੱਗਾ ਨਾ ਮੋਰੈਲਿਟੀ ਪੁਲਿਸ ਦਾ ਸਾਬ ਨੇ ਕੀਤਾ ਹੋਇਆ ਕੰਮ ਉੱਥੇ ਤਹਿਰਾਨ ਦੇ ਪੁਲਿਸ ਚੀਫ ਨੇ ਬਕਾਇਦਾ ਅਫੀਸ਼ੀਅਲ ਸਟੇਟਮੈਂਟ ਕਰਕੇ ਦੱਸਿਆ ਕਿ ਜੀ ਇਹਨੇ ਵਾਲ ਠੀਕ ਤਰੀਕੇ ਨਾਲ ਨਹੀਂ ਸੀ ਟਕੇ ਇਸ ਕਰ ਉਸ ਤੋਂ ਬਾਅਦ ਉਹਨਾਂ ਨੇ ਰਿਕਾਰਡ ਫਰਜ ਕੀਤਾ ਕਿ ਨਹੀਂ ਇਹਦੀ ਤਾਂ ਮੈਡੀਕਲ ਹਾਲਤ ਪਹਿਲਾਂ ਤੋਂ ਖਰਾਬ ਸੀਗੀ ਇਸ ਕਰਕੇ ਇਹਦੀ ਮੌਤ ਹੋ ਗਈ ਅਸੀਂ ਇਹਨੂੰ ਟੌਰਚਰ ਨਹੀਂ ਕੀਤਾ ਹੁਣ ਈਰਾਨ ਵਰਗਾ ਦੇਸ਼ ਹੈ 800 ਮੈਂਬਰ ਈਰਾਨ ਦੀ ਮੈਡੀਕਲ ਕਾਉਂਸਲ ਨੇ ਸਾਈਨ ਕਰਕੇ ਪਟੀਸ਼ਨ ਦਿੱਤੀ ਹੈ ਕਿ ਸਾਡੇ ਹੈੱਡ ਨੇ ਝੂਠ ਬੋਲਿਆ ਹੈ ਇਹ ਕਵਰ ਅਪ ਦਾ ਹਿੱਸਾ ਹੈ ਇਸ ਨੂੰ ਬਕਾਇਦਾ ਟੌਰਚਰ ਕਰਕੇ ਮਾਰਿਆ ਗਿਆ ਹੈ ਈਰਾਨ ਦੇ ਵਿੱਚ 800 ਡਾਕਟਰ ਪਟੀਸ਼ਨ ਤੇ ਸਾਈਨ ਕਰਕੇ ਇਹ ਗੱਲ ਕਹਿੰਦਾ ਹੈ ਨੇਸ਼ਨਵਾਈਡ ਉੱਥੇ ਐਂਟੀ ਹਿਜਾਬ ਦੇ ਪ੍ਰੋਟੈਸਟ ਹੋਏ ਨੇ ਟੌਪ ਲੇਅਰ ਈਰਾਨ ਦੇ ਨੇ ਉਹ ਇਸ ਵੇਲੇ ਉਹਨਾਂ ਤੇ ਜਿਹੜੇ ਕੇਸਿਸ ਚੱਲ ਰਹੇ ਨੇ ਉਹਦੇ ਵਿੱਚ ਸਜ਼ਾ ਫਾਂਸੀ ਹੈ ਮੈਂ ਬਾਏ ਦਾ ਵੇ ਦੱਸ ਦਿਆਂ ਕੁਝ ਪਲੇਅਰ ਜਿਹੜੇ ਇਰਾਨੀਅਨ ਦਾ ਚੈਸ ਪਲੇਅਰ ਨੇ ਮੈਂ ਇਹਨਾਂ ਨਾਮਾਂ ਤੋਂ ਪਹਿਲਾਂ ਵਾਕਿਫ ਨਹੀਂ ਸੀ ਮੈਨੂੰ ਲੱਗਦਾ ਇਹਨਾਂ ਦੀਆਂ ਤੇ ਫੋਟੋਆਂ ਜੰਤਰ ਮੰਤਰ ਤੋਂ ਲੈ ਕੇ ਸਾਡੇ ਘਰਾਂ ਤੱਕ ਸਾਡੇ ਪਰਸ ਵਿੱਚ ਹੋਣੀਆਂ ਚਾਹੀਦੀਆਂ ਨੇ ਸਾਰਾ ਖਾਦਮ ਨੂੰ ਦੇਸ਼ ਨਿਕਾਲਾ ਮਿਲ ਗਿਆ ਉਹ ਸਪੈਨ ਪਹੁੰਚ ਗਿਆ ਚੈਸ ਦਾ ਪਲੇਅਰ ਤੇ ਇਰਾਨੀਅਨ ਫੁੱਟਬਾਲਰ ਅਮੀਰ ਨصر ਅਜ਼ਦਾਨੀ ਇਹ ਵਰਲਡ ਲੈਵਲ ਦਾ ਫੁੱਟਬਾਲਰ ਹੈ 26 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ 26 ਸਾਲ ਦੀ ਸਜ਼ਾ ਹੋਈ ਹੈ ਬਾਇ ਦਾ ਬੇ ਮੁਹੰਮਦ ਮਹਿਦੀ ਕਰਮੀ ਮੇਰੇ ਲਈ ਵੀ ਨਾਮ ਨਵੇਂ ਨੇ ਮੈਂ ਵੀ ਕਦੀ ਨਹੀਂ ਸੁਣੇ ਪਰ ਇਸ ਕਰਕੇ ਯਾਦ ਰਹਿਣਾ ਚਾਹੀਦਾ ਕਿ 22 ਸਾਲਾਂ ਦਾ ਸੀ ਨੈਸ਼ਨਲ ਚੈਂਪੀਅਨ ਤੇ 15 ਮਿੰਟ ਦੇ ਟ్రਾਇਲ ਤੋਂ ਬਾਅਦ ਉਸ ਕੁੜੀ ਦੇ ਹੱਕ ਦੇ ਵਿੱਚ ਕਿ ਜਿਸ ਨੂੰ ਤੁਸੀਂ ਵਾਲ ਟੱਕੇ ਨਾਉਣ ਕਰਕੇ ਪੜਿਆ ਹੈ ਉਸ ਕੁੜੀ ਦੇ ਹੱਕ ਦੇ ਵਿੱਚ ਉਹ ਖੜਾ ਹੋਇਆ ਉਹਨੂੰ ਕੈਪੀਟਲ ਪਨਿਸ਼ਮੈਂਟ ਹੋਈ ਹੈ ਤੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਇਹ ਪਲੇਅਰਸ ਇਹਨੂੰ ਕਹਿੰਦੇ ਨੇ ਲੜਨਾ ਔਰ ਦੁਨੀਆ ਭਰ ਦੇ ਵਿੱਚ ਉਹ ਲੜਾਈ ਜਿਹੜੀ ਆ ਇਰਾਨੀਅਨ ਉਸ ਇਰਾਨੀ ਔਰਤ ਲਈ ਮਹਾਸ਼ਾਮੀਂ ਲਈ ਲੋਕ ਨਿਕਲ ਕੇ ਆਏ ਨੇ ਸਰ ਮੈਂ ਡੋਨਟ ਸੀ ਦੈਟ ਮੂਵਮੈਂਟ ਹੇਅਰ ਸਰ ਮੈਂ ਤਾਂ ਇੱਕ ਚੀਜ਼ ਰੋਕਦਾ ਇੱਥੇ ਹਮ ਇੰਡੀਆ ਦੀ ਜਿਹੜੀ 올림픽 ਪਾਰਟਿਸਪੇਸ਼ਨ ਨਾ 100 ਸਾਲ ਦੀ ਹੈ ਹਮ 1920 ਤੋਂ ਸ਼ੁਰੂ ਹੋਈ ਹਮ ਤਾਂ ਵਿੱਚ ਵੂਮਨ ਪਾਰਟਿਸਪੇਸ਼ਨ ਵੀ ਸ਼ੁਰੂ ਹੋ ਗਈ ਹਰ ਗੇਮ ਦੀ ਹਮ ਤਾਂ ਇੰਡੀਆ ਦੀ 100 ਸਾਲ ਦੀ ਹਿਸਟਰੀ ਚ ਸਿਰਫ 7 올림픽 ਮੈਡਲਿਸਟ ਆ ਵੂਮਨ ਹਮ ਦੋ weightlifter ਦੋ ਬੈਡਮਿੰਟਨ ਦੋ ਬੌਕਸਰ ਇੱਕ ਰੈਸਲਰ ਸਾਖਸ਼ੀ ਮਲਿਕ ਉਹਨੂੰ ਸੀ ਜੰਤਰ ਮੰਤਰ ਤੇ ਬਿਠਾਇਆ ਹੋਇਆ ਤਾਂ ਮਤਲਬ ਇੱਕ ਜਿਹੜਾ ਪਲੇਅਰ ਹੈ ਉਹ ਕਿੰਨੀ ਵੱਡੀ ਪਰਸੈਂਟੇਜ ਮਤਲਬ ਜਿਹੜੀ ਸਾਡੀ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਔਰ 4 ਸਾਲ 'ਚ ਇੱਕ ਵਾਰ 올림픽 ਹੁੰਦਾ ਤਾਂ ਮਤਲਬ ਕਿੰਨੀ ਇੱਕ ਵੱਡੀ ਪਰਸੈਂਟੇਜ ਜਿਹੜੀ ਆ ਮਤਲਬ ਉਹ ਦੀ ਉਹ ਰਿਪਰੈਜ਼ੈਂਟ ਕਰ ਰਹੀ ਹੈ ਤਾਂ ਇਹ ਸਿਰਫ ਅਨਿਆਏ ਜਾਂ ਉਹਨੂੰ ਇੱਕ ਅਸੀਂ ਰਾਈਟ ਨਹੀਂ ਦਿਵਾਉਂਗੇ ਕਿ ਉਹ ਉਹਦੇ ਨਾਲ ਸਹੀ ਕਰ ਰਹੇ ਆ ਆਉਣ ਵਾਲੀ ਜਨਰੇਸ਼ਨ ਨੂੰ ਇੰਪੈਕਟ ਕਰੇਗਾ ਨੀ ਕੁੜੀ ਲੜਵੀ ਇਸੇ ਲਈ ਰਹੀ ਆ ਨੀ ਸਰ ਬਾਕੀ ਨੂੰ ਲੱਗਦਾ ਲੜਵੀ ਉਹ ਦੇਖੋ ਜਦੋਂ ਕੋਈ ਲੜਕੀ ਏਸੀ ਇੰਨੀ ਬਾਵਾਜ਼ੇ بلند ਜਾ ਕੇ ਬੋਲੇਗੀ ਜੰਤਰ ਮੰਤਰ ਤੇ ਇੱਕ ਗੱਲ ਤੋਂ ਮੰਨ ਕੇ ਚਲਦੀ ਆ ਕਿ ਮੇਰਾ ਕੈਰੀਅਰ ਤਾਂ ਇਸ ਤੋਂ ਬਾਅਦ ਤਬਾਹ ਹੈ ਕੌਣ ਸਾਖੀ ਮਲਿਕ ਲਈ ਹੁਣ ਖੜਾ ਹੋਵੇਗਾ ਕੌਣ ਹੁੰਦੇ ਲਈ ਇੰਟਰਨੈਸ਼ਨਲ ਜਿਵੇਂ ਮੈਡਲ ਜਿੱਤੇਗੀ ਤਾਂ ਤਾੜੀਆਂ ਵਜਾਵੇਗਾ ਕਦੋਂ ਪ੍ਰਧਾਨ ਮੰਤਰੀ ਟਵੀਟ ਕਰਨਗੇ ਕਿ ਵਾਵਾ ਏਓ ਕੁੜੀਆਂ ਜਿਨੇ ਸਾਡੀ ਪਾਰਟੀ ਦਾ ਐਮਪੀ ਦਾ ਚਿਹਰਾ ਇੰਹੋ ਕਾਲਾ ਕੀਤਾ ਸੀ ਕਿ ਰਹਿੰਦੀ ਉਮਰ ਤੱਕ ਸਾਫ ਨਾ ਹੋ ਸਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕੀ ਪ੍ਰਧਾਨ ਮੰਤਰੀ ਟਵੀਟ ਕਰਨਗੇ ਉਹਨੂੰ ਪਤਾ ਮੇਰਾ ਕੈਰੀਅਰ ਖਤਮ ਹੈ ਸ਼ੀ ਇਸ ਫਾਈਟਿੰਗ ਫਾਰ ਹੂਮ ਕਿਹਦੇ ਲਈ ਲੜ ਰਹੀ ਆ ਉਹ ਉਹ ਮੇਰੇ ਬੱਚਿਆਂ ਲਈ ਲੜ ਰਹੀ ਆ ਉਹਨਾਂ ਦੇ ਬੱਚਿਆਂ ਲਈ ਲੜ ਰਹੀ ਆ ਜਿੰਨਾ ਡਿਲੇ ਹੋਏਗਾ ਨਾ ਉਹਦੇ ਚ ਦਿੱਕਤ ਆਏਗੀ ਜੀ ਜੀ ਸਰਪ ਜੀ ਸਾਨੂੰ ਤੁਸੀਂ ਬਹੁਤ ਲੰਮੀ ਚਾੜੀ ਫਰਿਸ਼ਤ ਦਿੱਤੀ ਹੈ ਇਰਾਨ ਦੀ ਜਾਂ ਇੰਟਰਨੈਸ਼ਨਲ ਲੈਵਲ ਤੇ ਇਹ ਨਹੀਂ ਹੈ ਕਿ ਇੰਡੀਆ ਦੇ ਵਿੱਚ ਲੋਕ ਲੜ ਨਹੀਂ ਰਹੇ ਆ ਇਹ ਨਹੀਂ ਹੈ ਕਿ ਬੋਲ ਨਹੀਂ ਰਹੇ ਆ ਪਿਛਲੇ ਸਮੇਂ ਤੋਂ ਜਿੰਨੇ ਵੀ ਪ੍ਰੋਟੈਸਟ ਹੋਇਆ ਉੱਥੇ ਕੁੜੀਆਂ ਦੀ ਰਿਪਰੈਜ਼ੈਂਟੇਸ਼ਨ ਅਸੀਂ ਦੇਖੀ ਨਹੀਂ ਨਿਰਭੈ ਤਾਂ ਬਾਅਦ ਮੈਨੂੰ ਲੱਗਿਆ ਨਹੀਂ ਸੀ ਇਹ ਇਹ ਮੌਕਾ ਆਵੇਗਾ ਨਹੀਂ ਨਹੀਂ ਮੇਰੀ ਗੱਲ ਸੁਣੋ ਇਹਨਾਂ ਨੇ ਬੜਾ ਅੱਛਾ ਪੁਆਇੰਟ ਚੱਕਿਆ ਹੈ ਕਿ 올림픽ਸ ਦੇ ਵਿੱਚ ਪਰਸੈਂਟੇਜ ਕਿੰਨੀ ਆ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਦੀ ਹਿੱਸੇਦਾਰੀ ਦੀ ਸਾਡੀਆਂ ਤਾਂ ਰਾਜ ਸਭਾ ਲੋਕ ਸਭਾ ਵਿਧਾਨ ਸਭਾਵਾਂ ਦੇ ਵਿੱਚ ਕਿੰਨੀ ਹਿੱਸੇਦਾਰੀ ਹੈ ਅਸੀਂ ਸ਼ਕਤੀ ਦਾ ਸੰਚਾਲਨ ਕਰਨ ਵਾਲੀਆਂ ਸੰਸਥਾਵਾਂ ਦੇ ਵਿੱਚ ਔਰਤਾਂ ਦੀ ਪਰਸੈਂਟੇਜ ਕੱਢੀਏ ਤੇ ਲੜਾ ਇਹ ਵਾਲੀਆਂ ਥਾਵਾਂ ਦੇ ਉੱਤੇ ਔਰਤਾਂ ਦੀ ਪਰਸੈਂਟੇਜ ਕੱਢੀ ਹੈ ਉਹ ਤੁਹਾਨੂੰ ਬਹੁਤ ਵੱਡਾ ਫਰਕ ਦੇਖਣ ਨੂੰ ਮਿਲੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਵਿਮਨ ਨੇ ਲੜਾਈ ਦਾ ਬੈਟਨ ਆਪਣੇ ਹੱਥ ਦੇ ਵਿੱਚ ਲੈ ਲਿਆ ਉਹ ਆਪਣੇ ਲਈ ਵੀ ਲੜ ਰਹੀ ਹੈ ਪੋਲਿਟਿਕਸ ਲਈ ਵੀ ਲੜ ਰਹੀ ਹੈ ਸਮਾਜ ਲਈ ਵੀ ਲੜ ਰਹੀ ਹੈ ਤੇ ਆਪਸੀ ਸੰਮਤੀ ਲਈ ਵੀ ਲੜ ਰਹੀ ਹੈ ਸਾਂਝ ਲਈ ਵੀ ਭਾਈਵਾਲ ਲਈ ਵੀ ਲੜ ਰਹੀ ਹੈ ਸਾਨੂੰ ਜਦੋਂ ਦੇਖਣਾ ਪਏਗਾ ਉਹ ਇਹ ਹੈ ਇਕ ਸਮੇਂ ਤਾਂ ਔਰਤਾਂ ਹਿੱਸੇਦਾਰੀ ਲਈ ਲੜੀਆਂ ਉਹਨਾਂ ਨੇ ਆਪਣੀ ਹਿੱਸੇਦਾਰੀ ਲਈ ਪਰ ਉੱਥੇ ਜਾ ਕੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਹਿੱਸੇਦਾਰੀ ਨਾਲ ਜਿਹੜੀ ਗੱਲ ਮੈਂ ਵੀ ਇੱਥੇ ਬਾਰ-ਬਾਰ ਕਹਿਣਾ ਚਾਹੁੰਦੀ ਆ ਕਿ ਹਿੱਸੇਦਾਰੀ ਲੈਣ ਨਾਲ ਚੀਜ਼ਾਂ ਨਹੀਂ ਬਦਲੀਆਂ ਮਸਲਾ ਸੱਤਾ ਦੇ ਕਿਰਦਾਰ ਨੂੰ ਬਦਲਣ ਦਾ ਹੈ ਮਸਲਾ ਸ਼ਕਤੀ ਦੇ ਨੇਚਰ ਨੂੰ ਬਦਲਣ ਦਾ ਹੈ ਸਾਡੇ ਜੋ ਰਾਜ ਕਰ ਰਿਹਾ ਕੋਈ ਪੋਲੀਟੀਕਲ ਪਾਰਟੀ ਰਾਜ ਨਹੀਂ ਕਰ ਰਹੀ ਨਾਮ ਬਦਲਦੇ ਆ ਰਾਜ ਡਰ ਕਰ ਰਿਹਾ ਹੈ ਭੈ ਕਰ ਰਿਹਾ ਹੈ ਉਹ ਪੈ ਉੱਪਰ ਤੋਂ ਲੈ ਕੇ ਥੱਲੇ ਤੱਕ ਰਮਿਆ ਹੋਇਆ ਹੈ ਉਹ ਬਿਯੋਂਡ ਜੈਂਡਰ ਹੈ ਬਿਯੋਂਡ ਕਾਸਟ ਹੈ ਜੇ ਤੁਸੀਂ ਕਿਸੇ ਵੀ ਪ੍ਰਿਵਿਲੇਜਡ ਕਾਸਟ ਨੂੰ ਬਿਲੋਂਗ ਕਰਦੇ ਹੋ ਕਿੰਨੀ ਵੀ ਪ੍ਰਿਵਿਲੇਜਡ ਜਗ੍ਹਾ ਦੇ ਉੱਤੇ ਹੋ ਤੁਹਾਡੇ ਤੇ ਇਹ ਉਨੇ ਹੀ ਜ਼ਿਆਦਾ ਇੱਕ ਜਿੰਮੇਵਾਰੀ ਆਇਦ ਹੋ ਜਾਂਦੀ ਹੈ ਇਸ ਸਿਸਟਮ ਨੂੰ ਬਣਾਏ ਰੱਖਣ ਦੀ ਸਿਸਟਮ ਤੋਂ ਬਾਹਰ ਹੋ ਕੇ ਜਿਹੜੀ ਤੁਸੀਂ ਕਿਹਾ ਕਿ ਆਪਣੇ ਕੈਰੀਅਰ ਨੂੰ ਦਾਤੇ ਲਾ ਕੇ ਸਟੇਕ ਆਪਣੇ ਭਵਿੱਖ ਨੂੰ ਸਟੇਕ ਤੇ ਲਾ ਕੇ ਲੜ ਰਹੀਆਂ ਨੇ ਲੜਨਾ ਆਸਾਨ ਹੋ ਜਾਂਦਾ ਹੈ ਤੁਸੀਂ ਮੌਤ ਨੂੰ ਸਾਹਮਣੇ ਰੱਖ ਕੇ ਕਿਸੇ ਚੀਜ਼ ਲਈ ਲੜ ਰਹੇ ਹੋ ਲੜਨਾ ਆਸਾਨ ਹੋ ਜਾਂਦਾ ਹੈ ਸਿਸਟਮ ਦੇ ਹਿੱਸੇਦਾਰ ਰਹਿ ਕੇ ਤੁਹਾਡੀ ਲੜਾਈ ਬਹੁਤ ਬੁਰੀ ਖਤਰਨਾਕ ਹੈ ਤੇ ਸਿਸਟਮ ਦੇ ਹਿੱਸੇਦਾਰ ਲੋਕੋ ਲੜਾਈ ਲੜਨ ਤੋਂ ਅਵਾਇਡ ਕਰਦੇ ਨੇ ਚਾਹੇ ਉਹ ਸਾਡੇ ਸਟਾਰਸ ਨੇ ਚਾਹੇ ਉਹ ਸਾਡੇ ਖਿਡਾਰੀ ਨੇ ਚਾਹੇ ਉਹ ਸਾਡੇ ਪ੍ਰੋਫੈਸਰ ਨੇ ਚਾਹੇ ਉਹ ਸਾਡੇ ਸਟਾਰ ਪੱਤਰਕਾਰ ਨੇ ਇੱਕ ਲਾਸਟ ਗੱਲ ਜਿਵੇਂ ਜਿਆਦਾ ਟਾਈਮ ਨਹੀਂ ਲੈ ਰਹੀ ਅਸੀਂ ਉਸ ਸਮੇਂ ਦੇ ਉੱਤੇ ਆ ਜਦੋਂ ਹਰ ਬੰਦਾ ਟਾਂਚਾ ਹੈ ਸਾਡੀਆਂ ਫਿਲਮਾਂ ਦਾ ਉਸ ਸਮੇਂ ਦੇ ਉੱਤੇ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਐਕਟਰਸ ਨੇ ਇਸ ਤਰ੍ਹਾਂ ਦੀਆਂ ਸਟੋਰੀ রাইਟਰਸ ਨੇ ਕਿ ਉਹ ਆਪਣੇ ਦਮ ਤੇ ਫਿਲਮ ਚਲਾ ਸਕਦੀਆਂ ਨੇ ਉਸ ਸਮੇਂ ਦੇ ਉੱਤੇ ਕੋਈ ਕੁੜੀ ਨਹੀਂ ਕਹਿ ਰਹੀ ਕਿ ਮੈਨੂੰ ਮੇਲ ਐਕਟਰ ਜਿੰਨਾ ਪੈਸਾ ਮਿਲਦਾ ਹਰ ਫੀਮੇਲ ਐਕਟਰ ਦਾ ਇਹ ਸ਼ਿਕਵਾ ਹੈ ਸ਼ਿਕਾਇਤ ਹੈ ਕਿ ਸਾਨੂੰ ਉਸ ਤਰ੍ਹਾਂ ਦੀ ਸਪੇਸ ਨਹੀਂ ਮਿਲਦੀ ਪ੍ਰਿਆੰਕਾ ਚੋਪੜਾ ਸੈਟ ਇਸ ਜੇਟਿੰਗ ਇਟ ਫॉर ਸਿਟਾਡਲ ਇਹ ਖਬਰ ਬਣਦਾ ਹੈ ਅਤੇ ਪ੍ਰਿਆੰਕਾ ਚੋਪੜਾ ਨੇ ਪਿੱਛੇ ਜੇ ਇਹ ਸਟੇਟਮੈਂਟ ਦਿੰਦੀ ਹੈ ਕਿ ਮੈਨੂੰ ਇੱਥੇ ਇੱਕ ਖਾਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਇੰਡਸਟਰੀ ਦੇ ਵਿੱਚ 21 ਸਾਲਾਂ ਚ ਮੈਨੂੰ ਕਦੀ ਆਪਣੇ ਮਰਦ ਐਕਟਰ ਦੇ ਬਰਾਬਰ ਦਾ ਪੈਸਾ ਨਹੀਂ ਮਿਲਿਆ ਇੱਕ ਪੈਸਾ ਨਹੀਂ ਮਿਲਿਆ ਇਹ ਕਹੇ ਕਿ ਜਦੋਂ ਮੈਂ ਉਹਨਾਂ ਦੇ ਖਿਲਾਫ ਗੱਲ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਟਾਰਗੇਟ ਹੋਰ ਕਾਰਨਰ ਕੀਤਾ ਜਾਣਾ ਸ਼ੁਰੂ ਹੋ ਗਿਆ ਸੋ ਮੈਂ ਕੋਈ ਇੱਕ ਟ੍ਰਾਂਸਲੇਸ਼ਨ ਜੋ ਸਰਵਿਸ ਨੇ ਕਿਹਾ ਉਹਦੀ ਇੰਨੀ ਹੈ ਕਿ ਇਹ ਜਿਹੜੀਆਂ ਲੜ ਰਹੀਆਂ ਦੇ ਆਰ ਫਾਈਟਿੰਗ ਫॉर देयर ਬੀਇੰਗ ਉਹ ਆਪਣੇ ਹੋਣ ਦੀ ਲੜਾਈ ਲੜ ਰਹੀਆਂ ਨੇ ਬੇਸਿਕਲੀ ਆਪਣੀ ਹੋਣ ਦੀ ਲੜਾਈ ਲੜ ਰਹੀਆਂ ਨੇ ਦੈਟਸ ਆਲਵੇਸ ਅ ਇਟ ਇਟ ਕੁਡ ਬੀ ਅ ਵਿਨਰਸ ਬੈਟਲ ਇਟਸ ਅ ਆਈ ਕੈਨ ਸੀ ਇਟ ਐਜ਼ ਅ ਲੂਜ਼ਰਸ ਬੈਟਲ ਇੱਕ ਤਰੀਕੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਥਕਾ ਦਿੱਤੇ ਗਏ ਹਰਾ ਦਿੱਤੇਆਂ ਦੀ ਲੜਾਈ ਹੁੰਦੀ ਹੈ ਜਦੋਂ ਤੁਸੀਂ ਆਪਣੀ ਹੋਂਦ ਹੋਂਦ ਲਈ ਲੜ ਰਹੇ ਹੋ ਵੇਅਰ ਵਿਲ ਇਟ ਟੇਕ ਅਸ ਜਦ ਆਪ ਇਹ ਪੁੱਛ ਰਹੇ ਹੋ ਕਿ ਅ ਹਮ ਉਸ ਤਰੀਕੇ ਦਾ ਆਕਰੋਸ਼ ਕਿਉਂ ਨਹੀਂ ਦੇਖ ਰਹੇ ਲੋਕਾਂ ਦੇ ਵਿੱਚ ਮੈਂ ਸਾਰੇ ਉਤਰ ਕੇ ਆ ਕਿਉਂ ਨਹੀਂ ਜਾ ਰਹੇ तो ये बहुत समझाता है कि हम किस तरीके से डीमोनाइज करते हैं प्रोटेस्ट को और ये बृजभूषण सिंह का अपना स्टेटमेंट है कि अभी जंतर मंतर में जो प्रोटेस्ट चल रहा है वो उसी तरीके से फंडेड है और वो वैसे ही ऑपरेट कर रहा है जैसे शाहीन बाग का प्रोटेस्ट किया था कहने का मतलब ये कि शाहीन बाग के प्रोटेस्ट को तो आपने डीमोनाइज कर दिया कहा कि वो जो था वो आखिरी दुनिया का सबसे काश शाहीन बागवर का हो जावे सही बात है खुदा करे होवे पर मैं ये कहना चाह रही हूँ कि उन्होंने शाहीन बाग के प्रोटेस्ट को पहले डीम किया आ, पहले बताया कि वो तो कितनी खतरनाक चीज़ है और फिर अब उसके और शायद बहुत सारे लोग जो अब खुद पीड़ित हैं उस नैरेटिव से अग्री भी करते होंगे शाहीन बाग वाले से और अब जब इन पे आई आइए तो मतलब या अब जब कोई और जाकर के प्रोटेस्ट कर रहा है तो उनको भी शाहीन बाग वाला लेबल लगा करके बोल दिया जा रहा है या जो पब्लिक ਯਾ ਉਹ ਤੇ ਉਹਨਾਂ ਦੀ ਪੋਲਿਟਿਕਲ ਸਟਰੈਟਜੀ ਇਹੀ ਹੈ ਕਿ ਉਹਨਾਂ ਨੂੰ ਇੱਕ ਪਾਸੇ ਲੇਬਲ ਕਰ ਦਿੱਤਾ ਜਿਵੇਂ ਕਿ ਕਿ ਕਿਉਂਕਿ ਪਹਿਲੇ ਜਾ ਰਿਹਾ ਹੈ ਹਰਿਆਣਾ ਵਰਸਸ ਜੁਪੀ ਕੀਤਾ ਜਾ ਰਿਹਾ ਹੈ ਜਾਟ ਵਰਸਸ ਅਦਰ ਕਾਸਟਸ ਕੀਤਾ ਜਾ ਰਿਹਾ ਹੈ ਕਿ ਜਾਟਾਂ ਦਾ ਰੈਸਲਿੰਗ ਦੇ ਵਿੱਚੋਂ ਦਬਦਬਾ ਟੁੱਟ ਰਿਹਾ ਹੈ ਸੋ ਇਹ ਸਾਰੀ ਜਿਹੜੀ ਸੈਕੂਲਰ ਹਰਾਸਮੈਂਟ ਦਾ ਡਿਸਕurs ਅਕਸਰ ਕਮਿਊਨਿਟੀ ਬੇਸਡ ਡਿਸਕurs ਰਿਹਾ ਹੈ ਬਹੁਤ ਸਮੇਂ ਤੋਂ ਕਮਿਊਨਿਟੀ ਦੇ ਹਾਲਾਂਕਿ ਕੁੜੀਆਂ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀਆਂ ਨੇ ਉਹ ਕਹਿ ਰਹੀਆਂ ਨੇ ਕਿ ਇਹ ਜਾਤ ਤੋਂ ਧਰਮ ਤੋਂ ਬਾਹਰ ਦਾ ਮਸਲਾ ਹੈ ਚਾਹੇ CA ਦੇ ਪ੍ਰੋਟੈਸਟ ਸੀ ਅਨਰ ਸੀ ਦੇ ਸੀ ਚਾਹੇ ਹੁਣ ਆਪਣਾ ਇੱਕ ਹੋਰ ਇੰਟਰਸਟਿੰਗ ਚੀਜ਼ ਕਿ ਸਾਡੇ ਦੇਖੋ ਤੁਸੀਂ ਉੱਪਰ ਤੋਂ ਲੈ ਕੇ ਨਕਸ਼ਾ ਕਰ ਲ ਮੈਂ ਦੇਖ ਰਹੀ ਸੀ ਇੰਡੀਆ ਦਾ ਕਿ ਜਿੰਨੀਆਂ ਬਾਰਡਰ ਸਟੇਟਸ ਨੇ ਸਾਰੀਆਂ ਕਿਸ ਤਰੀਕੇ ਨਾਲ ਦੁਬਾਰਾ ਪ੍ਰੋਬਲਮਸ ਆ ਗਈਆਂ ਉਧਰੋਂ ਕੇਰਲਾ ਮਨੀਪੁਰ ਦੇਸ ਰਹੇ ਕੇਰਲਾ ਦੇਸ ਰਹੇ ਕਸ਼ਮੀਰ ਹੈ ਜੰਮੂ ਹੈ ਉੱਧਰ ਲਦਾਖ ਹੈ ਪੰਜਾਬ ਹੈ ਹਰਿਆਣਾ ਪ੍ਰੋਬਲੈਮੈਟਿਕ ਕਰ ਦਿੱਤਾ ਗਿਆ ਇਸ ਸੀਨ ਤੋਂ ਬਾਅਦ ਉਹ ਬਾਰਡਰ ਸਟੇਟਸ ਨੇ ਤੇ ਔਮਨ ਸਾਡੀਆਂ ਵੈਸੀ ਆਲਮੋਸਟ ਮੈਨ ਲੱਗਦਾ तमाम ਉਮਰ ਆਪਣੀ ਐਸੇ ਕਿਸਮ ਦੇ ਚਿੱਕੜ ਵਾਲੇ ਜੰਤਰ ਮੰਤਰ ਤੇ ਹੀ ਬਿਤਾ ਦਿੱਤੀ ਆ ਬਾਰਡਰ ਸਟੇਟ ਦੇ ਉੱਤੇ ਗਿੰਮਨ ਸਾਮੇ ਸ਼ੋਹੀ ਹੁੰਦੀ ਐ ਐਸਪੀਜੀ ਬਾਰਡਰ ਸਟੇਟ ਹੋਵੇ ਔਰ ਸਾਰੀਆਂ ਸਟੇਟਸ ਦੇ ਵਿੱਚ ਔਮਨ ਔਰ ਔਮਨ ਦੀ ਬਾਡੀ ਪੋਲਿਟਿਕਸ ਦੇ ਸੈਂਟਰ 'ਚ ਹੋਵੇ ਚਾਹੇ ਲਬ ਜਿਹਾਦ ਕਰਕੇ ਚਾਹੇ 500 ਰੁਪਏ ਲੈ ਕੇ ਧਰਨੇ ਤੇ ਹਨ ਕਰਕੇ ਵੀ ਮਨ ਦੇ ਸਰੀਰ ਦੇ ਉੱਤੇ ਪੋਲਿਟਿਕਸ ਖੇਡੀ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਵੀ ਮੈਂ ਜਿਹੜੀ ਸਿਆਸਤ ਅੱਗੋਂ ਖੇਡ ਰਹੀਆਂ ਨੇ ਨਾ ਉਹ ਕਮਾਲ ਦੀ ਹੈ ਸਵਰਾਜ ਵੀ ਰਿਪੋਰਟ ਕਰ ਰਹੇ ਸੀ ਆਪਣੇ ਐਡੀਟোরੀਅਲ ਦੇ ਵਿੱਚ ਪੀਰੋ ਨੂੰ ਪੰਜਾਬੀ ਦੀ ਕਮਾਲ ਦੀ ਦਲਿਤ ਸ਼ਾਇਰਾ ਸਾਡੀ ਉਹਨੇ ਕਿਹਾ ਆਓ ਮਿਲੋ ਸਹੇਲਿਓ ਦਰਲ ਮੁਸਲਤ ਕਰੀਏ ਆਓ ਮਿਲ ਬੈਠੀਏ ਤੇ ਆਪਾਂ ਕੋਈ ਸਲਾਹ ਕਰੀਏ ਤੇ ਸਲਾਹ ਤਾਂ ਇਹੀ ਕਰਨੀ ਹੈ ਕਿ ਇਸ ਕਿਸਮ ਦੇ ਬ੍ਰਿਜ ਭੂਸ਼ਣ ਸਿੰਘ ਸ਼ਰਨ ਵਾਲੇ ਸਮਾਜ ਦੇ ਨਾਲ ਕੈਸਰੀ ਕੈਨਾਲ ਨਜਿਠਨਾ ਸوراجਬੀਰ ਰਾਣੇ ਜਿਹੜਾ ਸਵਾਲ ਪੁੱਛਿਆ ਉਹ ਕਮਾਲ ਦਾ ਉਹਨਾਂ ਨੇ ਸਿਰਫ ਇੰਨੇ ਗੱਲ ਦੇ ਉੱਤੇ ਆਪਣਾ ਐਡੀਟਰੀਅਲ ਸਮਾਪਤ ਕੀਤਾ ਉਸ ਦਿਨ ਕਿ ਕੀ ਅਸੀਂ ਤੁਹਾਡੀਆਂ ਧੀਆ ਨਹੀਂ ਥਿਸ ਇਜ਼ ਵਾਟ ਥੀਸ ਵੂਮਨ ਆਰ ਆਸਕਿੰਗ ਅਸੀਂ ਤੁਹਾਡੀਆਂ ਕੁੜੀਆਂ ਹਾਂ ਕਿ ਨਹੀਂ ਅਸੀਂ ਤੁਹਾਡੀਆਂ ਧੀਆ ਹਾਂ ਕਿ ਨਹੀਂ ਮੈਨੂੰ ਲੱਗਦਾ ਸਿਰਫ ਇਹਦਾ ਹੀ ਜਵਾਬ ਮੰਗ ਰਹੀਆਂ ਨੇ ਬਾਕੀ ਮੇਰਾ ਤੇ ਦੇਖੋ ਮੇਰੀ ਅੰਦਰ ਦੀ ਹਮੇਸ਼ਾ ਵਿਕਟਿਮਾਈਜ਼ਰ ਨਾਲ ਵੀ ਹੁੰਦੀ ਹੈ ਤੇ ਮੈਨੂੰ ਤੇ ਇਹ ਵੀ ਚਿੰਤਾ ਵੀ ਕੋਈ ਬ੍ਰਿਜ ਪੁਸ਼ਨ ਸਿੰਘ ਨਾਲੋਂ ਵੀ ਮਿਲਣ ਗਿਆ ਕਿ ਨਹੀਂ ਸਾਰੇ ਜੰਤਰ ਮੰਤਰੀ ਜਾਈ ਜਾਂਦੇ ਨੇ ਬੰਦਾ ਕਦੀ ਸ਼ਰਮ ਨਾਲ ਵੀ ਤੇ ਮਰੀ ਸਕਦਾ ਆਪ ਸ਼ੁੱਡ ਬੀ ਵਰੀਡ ਅਬਾਊਟ ਦੈਟ ਅੱਜ ਲਈ ਇੰਨਾ ਹੀ ਧੰਨਵਾਦ ਤੇ ਰੱਬ ਰੱਖੋ